ਆਸੀਸ ਬੰਦੋਂ ਬਾਰ ਬਾਰ ਜਗਦੀਸ ਆਪਣੇ ਘਾਇਲ ਸਿੰਘ ਉਠਾਏ ਜੋ ਮਰ ਗਏ ਸੋ ਸੁਰਗ ਸਿਧਾਏ ਕਰ ਇਕੱਤਰ ਤਿੰਨ ਦੀਨੋ ਦਾਹੂ ਆਵਤ ਭਏ ਅਨੰਦਪੁਰ ਮਾਹੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਬੈਠੇ ਹਾਂ। ਦਿੱਲੀ ਤੋਂ ਦੋ ਜਰਨੈਲ ਦੀਨਾ ਬੇਗ ਅਤੇ ਪੈਂਡੇ ਖਾਨ ਨਾਮ ਦਾ ਵਿਅਕਤੀ, ਇਹ ਦੋ ਜਰਨੈਲ ਵੱਡੀ ਫੌਜ ਲੈ ਕੇ ਪਹਾੜੀ ਰਾਜਿਆਂ ਨੂੰ ਨਾਲ ਮਦਦ ਵਿੱਚ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੰਗ ਕਰਦੇ ਨੇ। ਦੀਨਾ ਬੇਗ ਜੰਗ ਵਿੱਚ ਫਟੜ ਹੋ ਜਾਂਦਾ ਹੈ, ਪੈਂਡੇ ਖਾਨ ਦੇ ਕੰਨ ਦੇ ਕੋਲ ਤੀਰ ਮਾਰ ਕੇ ਮਹਾਰਾਜ ਉਸਨੂੰ ਧਰਤੀ 'ਤੇ ਸੁੱਟ ਦਿੰਦੇ। ਆਪਣੀ ਤਿੱਖੀ ਤਲਵਾਰ ਦੇ ਨਾਲ ਉਹਦੀ ਗਰਦਨ ਧੜ ਦੇ ਨਾਲੋਂ ਵੱਖਰੀ ਕਰ ਦਿੰਦੇ। ਮੁਗਲ ਫੌਜਾਂ ਖਾਲਸੇ ਦੇ ਅੱਗੇ ਲੱਗ ਕੇ ਦੌੜ ਪਈਆਂ। ਚਲਦਿਆਂ ਚਲਦਿਆਂ ਖਿਦਰਾਬਾਦ ਨਾਮ ਦਾ ਜਿਹੜਾ ਨਗਰ ਹੈ, ਇੱਥੋਂ ਤੱਕ ਉਹਨਾਂ ਨੂੰ ਅੱਗੇ ਲਾ ਕੇ ਭਜਾਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਬੈਠੇ ਖਿਦਰਾਬਾਦ ਦੀ ਧਰਤੀ 'ਤੇ, ਖਾਲਸੇ ਨੂੰ ਮਹਾਰਾਜ ਜੀ ਨੇ ਪਿੱਛੇ ਮੋੜਿਆ ਹੈ। ਉਸ ਤੋਂ ਉਪਰੰਤ ਮਹਾਰਾਜ ਕੁਝ ਸਮਾਂ ਇੱਥੇ ਬੈਠੇ, ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕੀਤਾ ਹੈ। ਆਓ ਜਿਵੇਂ ਅੱਗੇ ਮਹਾਰਾਜ ਕਿਰਪਾ ਕਰਦੇ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪਣੇ ਘਾਇਲ ਸਿੰਘ ਉਠਾਏ, ਸਤਿਗੁਰੂ ਜੀਆਂ ਨੇ ਜਿਹੜੇ ਜ਼ਖਮੀ ਸਿੰਘ ਹੋ ਗਏ ਸਨ ਜੰਗ ਦੇ ਵਿੱਚ, ਉਹਨਾਂ ਨੂੰ ਉਠਾਇਆ ਹੈ ਜੰਗ ਦੇ ਮੈਦਾਨ ਦੇ ਵਿੱਚੋਂ। ਉਹਨਾਂ ਦੀ ਦਵਾਈ ਕਰਨ ਵਾਸਤੇ, ਇਲਾਜ ਕਰਨ ਵਾਸਤੇ ਉਹਨਾਂ ਨੂੰ ਚੁੱਕ ਲਿਆ ਹੈ। ਜੋ ਮਰ ਗਏ ਸੋ ਸੁਰਗ ਸਿਧਾਏ, ਜਿਹੜੇ ਸ਼ਹੀਦੀ ਪਾ ਗਏ ਉਹ ਸੱਚਖੰਡ ਚਲੇ ਗਏ, ਅਤੇ ਜਿਹੜੇ ਸੱਚਖੰਡ ਚਲੇ ਗਏ ਮਹਾਰਾਜ ਸਾਹਿਬ ਜੀਆਂ ਨੇ ਉਹਨਾਂ ਦੇ ਜਿਹੜੇ ਪਵਿੱਤਰ ਸਰੀਰ ਹਨ, ਔਰ ਇਕੱਤਰ ਤਿੰਨ ਦੀਨੋਂ ਦਾਹੂ, ਸਾਰੇ ਸਰੀਰ ਇਕੱਠੇ ਕਰਕੇ ਜਿਹੜੇ ਸਿੰਘ ਸ਼ਹੀਦੀ ਪਾ ਗਏ ਇਸ ਖਿਜ਼ਰਾਬਾਦ ਦੀ ਧਰਤੀ 'ਤੇ, ਮਹਾਰਾਜ ਜੀਆਂ ਨੇ ਉਹਨਾਂ ਸ਼ਹੀਦ ਸਿੰਘਾਂ ਦਾ ਅੰਤਮ ਸੰਸਕਾਰ ਕਰਵਾਇਆ ਹੈ। ਆਵਤ ਭਏ ਅਨੰਦਪੁਰ ਮਾਹੂ। ਇਸ ਤਰ੍ਹਾਂ ਇਹ ਜੰਗ ਜਿੱਤ ਕੇ, ਪਹਿਲਾ ਜੰਗ ਮੁਗਲਾਂ ਨਾਲ ਹੋਇਆ, ਜੰਗ ਜਿੱਤ ਕੇ ਅਤੇ ਮਹਾਰਾਜ ਜੀ ਖਿਜ਼ਰਾਬਾਦ ਰੋਪੜ ਕੀਰਤਪੁਰ ਸਾਹਿਬ ਤੋਂ ਹੁੰਦਿਆਂ ਹੋਇਆ ਅਨੰਦਪੁਰ ਸਾਹਿਬ ਪਹੁੰਚੇ ਹਨ। ਕਵੀਆਂ ਵਿਜੈ ਕਵਿਤ ਬਣਾਏ, ਸੋ ਜਿਹੜੇ ਕਵੀ ਹਨ, ਮਹਾਰਾਜ ਜੀਆਂ ਨੇ ਜੰਗ ਜਿੱਤਿਆ ਹੈ, 52 ਕਵੀ ਮਹਾਰਾਜ ਦੇ ਦਰਬਾਰ ਦੀ ਸ਼ੋਭਾ ਵਧਾਉਂਦੇ ਨੇ। ਇਹਨਾਂ ਨੇ ਉਸ ਜੰਗ ਦੇ ਕਈ ਕਵਿਤ ਜਿਹੜੇ ਸਨ, ਜਿੱਤ ਦੀ ਖੁਸ਼ੀ ਵਿੱਚ ਕਈ ਦੋਹਰੇ, ਕਈ ਕਵਿਤ, ਕਈ ਚੌਪੀਆਂ ਬਣਾਈਆਂ ਹਨ। ਉਤਰੇ ਪ੍ਰਭ ਤਵਿਆਨ ਸੁਣਾਏ, ਜਦੋਂ ਸਤਿਗੁਰੂ ਅਨੰਦਪੁਰ ਸਾਹਿਬ ਦੇ ਵਿੱਚ ਉਤਰੇ, ਇਹਨਾਂ ਕਵੀਆਂ ਨੇ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ ਉਹ ਕਵਿਤ ਅਤੇ ਸਵਈਏ ਪੜ੍ਹ ਪੜ੍ਹ ਕੇ ਸੁਣਾਏ। ਜੰਗ ਦਾ ਹਾਲ ਉਹਨਾਂ ਕਵਿਤਾ ਵਿੱਚ ਵਰਣਨ ਕੀਤਾ ਹੈ। ਅਧਿਕ ਜੀਤ ਕੇ ਗੀਤ ਗਵਾਏ, ਅਤੇ ਮਹਾਰਾਜ ਸਾਹਿਬ ਜੀਆਂ ਦੇ ਕੋਲ ਜਿੱਤ ਦੇ ਬੜੇ ਗੀਤ ਇਹਨਾਂ ਨੇ ਗਾਏ, ਖੁਸ਼ੀਆਂ ਦੇ ਗੀਤ ਕਵਿਤ ਜਿਹੜੇ ਸਨ ਪੜ੍ਹ ਪੜ੍ਹ ਕੇ ਸੁਣਾ ਸੁਣਾ ਕੇ ਉੱਚੀ ਆਵਾਜ਼ ਦੇ ਵਿੱਚ ਗਾਏ ਗਏ ਹਨ। ਸੁਣ ਸੁਣ ਸਗਰੇ ਨਰਕ ਹਰ ਖਾਏ, ਅਤੇ ਕਹਿਣ ਲੱਗੇ ਜਿਹੜੇ ਸੁਣ ਸੁਣ ਕੇ ਅਨੰਦਪੁਰ ਦੇ ਵਾਸੀ ਸਨ, ਜਿਹੜੀਆਂ ਸੰਗਤਾਂ ਪਾਸਿਓਂ ਦੂਰੋਂ ਨੇੜਿਓਂ ਆਈਆਂ,
ਜਦੋਂ ਉਹਨਾਂ ਨੇ ਇੱਕ ਬਿੱਤ ਸੁਣੇ, ਸਵਈਏ ਸੁਣੇ, ਦੋਹਰੇ ਸੁਣੇ, ਚੌਪੀਆਂ ਸੁਣੀਆਂ, ਜੋ ਮਹਾਰਾਜ ਦੀ ਜੰਗ ਦੀ ਜਿੱਤ ਵਿੱਚ ਇਹਨਾਂ ਨੇ ਰਚੀਆਂ ਸਨ, ਸੁਣ ਕੇ ਸਾਰੀ ਸੰਗਤ ਬੜੀ ਖੁਸ਼ ਹੋਈ ਹੈ। ਬੈਠ ਗੁਰੂ ਸਿੰਘਾਸਨ ਰਾਜੇ, ਤੇ ਸਤਿਗੁਰੂ ਜੀ ਇੱਥੇ ਬੈਠ ਕੇ ਫਿਰ ਸਿੰਘਾਸਨ ਦੇ ਉੱਪਰ ਬਿਰਾਜਮਾਨ ਹੋਏ ਹਨ। ਸਰਬ ਖਾਲਸਾ ਦੇਖਤ ਗਾਜੇ, ਸਤਿਗੁਰੂ ਜੀਆਂ ਦੇ ਦਰਸ਼ਨ ਕਰਕੇ ਗੁਰੂ ਕਾ ਖਾਲਸਾ ਜਿੱਥੇ ਸ਼ੋਭਾ ਪਾ ਰਿਹਾ ਉੱਥੇ ਪੂਰਾ ਗੱਜਦਾ ਵੀ ਹੈ। ਮੰਗਲ ਕੀਨ ਅਨੇਕ ਪ੍ਰਕਾਰ, ਅਨੇਕ ਤਰ੍ਹਾਂ ਦੇ ਮੰਗਲ ਕਹੀਏ, ਖੁਸ਼ੀਆਂ ਜਿਹੜੀਆਂ ਨੇ ਨਾ ਮਹਾਰਾਜ ਦੇ ਦਰਬਾਰ ਵਿੱਚ, ਜਾਂ ਕਹੀਏ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ। ਅਸੀਸ ਸਕਲ ਨਰ ਨਾਰੀ, ਅਤੇ ਸਾਰੇ ਹੀ ਮਹਾਰਾਜ ਜੀਆਂ ਨੂੰ ਅਸੀਸਾਂ ਦਿੰਦੇ, ਜਿਹੜੀਆਂ ਬਜ਼ੁਰਗ ਔਰਤਾਂ ਅਨੰਦਪੁਰ ਸਾਹਿਬ ਦੇ ਵਿੱਚ ਰਹਿਣ ਵਾਲੇ, ਜਾਂ ਜਿਹੜੇ ਬਜ਼ੁਰਗ ਨੇ ਪਾਸਿਓਂ ਆਏ, ਵੱਡੇ ਨੇ ਉਮਰਾਂ ਦੇ ਵਿੱਚ, ਉਹ ਸਾਰੇ ਅਸੀਸਾਂ ਦਿੰਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਆਪ ਜੀਆਂ ਦੀ ਜੈ ਜੈਕਾਰ ਹੋਵੇ, ਇਸ ਤਰ੍ਹਾਂ ਅਸੀਸਾਂ ਦੇ ਬਚਨ ਕਰਦੇ ਹਨ। ਦੋਹਰਾ ਲੈ ਲੈ ਪਾਹੁਲ ਕਰਦ ਕੀ ਸਿੰਘ ਜਹਾਂ ਕਹਿ ਜਾਏ, ਸਤਿਗੁਰੂ ਜੀਆਂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ। 1699 ਦੀ ਵਿਸਾਖੀ ਤੋਂ ਮਗਰੋਂ ਮਹਾਰਾਜ ਜੀਆਂ ਨੇ ਪਰੰਪਰਾ ਬਣਾ ਦਿੱਤੀ ਕਿ ਅੱਜ ਤੋਂ ਬਾਅਦ ਜੇ ਕਿਸੇ ਨੇ ਗੁਰੂ ਵਾਲਾ ਬੰਨਾ ਹੈ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ। ਅਤੇ ਸਤਿਗੁਰੂ ਜੀਆਂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਇਹ ਗੁਰੂ ਕੇ ਸਿੰਘ ਸਜਦੇ ਖਾਲਸਾ ਬਣਦੇ ਹਨ। ਨਗਰ ਨਗਰ ਮਹਿ ਬਾਦ ਹੋਏ ਗੁਰਸੰਗਤ ਸਮੁਦਾਇ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਜਿਹੜੇ ਸਿੰਘ ਹਨ, ਜਾਂ ਜਿਹੜੇ ਸੰਗਤ ਆ ਰਹੀ ਹੈ ਪਿੰਡਾਂ ਦੇ ਵਿੱਚੋਂ ਦਰਸ਼ਨ ਕਰਨ ਵਾਸਤੇ, ਕੁਝ ਪਿੰਡਾਂ ਦੇ ਲੋਕ ਬੜੇ ਈਰਖਾਲੂ ਨੇ, ਈਰਖਾ ਕਰਨ ਵਾਲੇ, ਸੰਗਤ ਦੀ ਸ਼ੋਭਾ ਵੇਖ ਕੇ ਸਹਿ ਨਹੀਂ ਸਕਦੇ, ਗੁਰੂ ਦੇ ਖਾਲਸੇ ਦੀ ਚੜ੍ਹਦੀ ਕਲਾ ਵੇਖ ਕੇ ਉਹਨਾਂ ਕੋਲੋਂ ਸਹਾਰੀ ਨਹੀਂ ਜਾਂਦੀ ਹੈ। ਉਹ ਫਿਰ ਕੁਝ ਲੋਕ ਐਸੇ ਨੇ ਜਿਹੜੇ ਗੁਰੂ ਖਾਲਸੇ ਦੇ ਨਾਲ ਝਗੜਾ ਵੀ ਕਰਦੇ, ਸੰਗਤ ਨਾਲ ਵੀ ਝਗੜਾ ਕਰਦੇ। ਪਿੰਡਾਂ ਦੇ ਲੋਕ, ਰਸਤਿਆਂ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ, ਉਹ ਰਾਹਾਂ ਦੇ ਵਿੱਚ ਸੰਗਤ ਨੂੰ ਘੇਰ ਕੇ ਕਈ ਤਰ੍ਹਾਂ ਦੇ ਝਗੜੇ ਕਰਦੇ ਹਨ। ਬਈ ਜਾਤ ਪਾਤ ਨੇ ਬਧਿਅਤ ਜਾਈ, ਜਿਹੜੇ ਲੋਕ ਜਾਤਾਂ ਪਾਤਾਂ ਵਿੱਚ ਬੰਨੇ ਨੇ, ਝਗੜਾ ਉਹ ਕਰਦੇ। ਹੁਣ ਕਾਰਨ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਛਕਾ ਕੇ, ਮਾਨਸ ਕੀ ਜਾਤ ਸਭੈ ਏਕੈ ਪਹਿਚਾਣ ਬੋ, ਜਿਹੜਾ ਮਨੁੱਖਾ ਜਾਤ ਮਨੁੱਖਾ ਜਨਮ ਹੈ ਨਾ, ਬਰਾਬਰ ਹੈ, ਇਹਦੇ ਵਿੱਚ ਜਾਤ ਪਾਤ ਦੀ ਕੋਈ ਵੰਡੀ ਨਹੀਂ ਹੈ, ਕੋਈ ਉੱਚਾ ਕੋਈ ਨੀਵਾਂ ਨਹੀਂ। ਜਿਹਨੇ ਅੰਮ੍ਰਿਤ ਛਕ ਲਿਆ ਹੈ ਉਹ ਜਾਤ ਪਾਤ ਤੋਂ ਮੁਕਤ ਹੋ ਗਿਆ, ਉਹ ਕੇਵਲ ਖਾਲਸਾ ਬਣ ਗਿਆ ਹੈ। ਹੁਣ ਇਹ ਜਿਹੜੀ ਮਹਾਰਾਜ ਨੇ ਪ੍ਰਥਾ ਚਲਾਈ, ਮਰਿਆਦਾ ਚਲਾਈ ਹੈ, ਕੁਝ ਲੋਕਾਂ ਨੂੰ ਚੰਗੀ ਨਹੀਂ ਲੱਗਦੀ। ਜਿਵੇਂ ਬ੍ਰਾਹਮਣ ਨੇ, ਉਹ ਆਖਦੇ ਵੀ ਇਹ ਤਾਂ ਮਹਾਰਾਜ ਨੇ ਸ਼ਾਸਤਰਾਂ ਦੇ ਵਿਰੁੱਧ ਕੰਮ ਕਰ ਦਿੱਤਾ ਹੈ, ਸਿਮਰਤੀਆਂ ਦੇ ਵਿਰੁੱਧ ਕੰਮ ਕੀਤਾ। ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਕਿ ਜਾਤ ਪਾਤ ਦੀ ਵਰਣ ਵੰਡ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਜਾਤ ਪਾਤ ਹੈ ਕੋਈ ਨਹੀਂ। ਜਿਹੜੇ ਲੋਕ ਬਹੁਤੇ ਉੱਚੀ ਜਾਤ ਵਾਲੇ ਸਨ, ਜਾਤ ਦਾ ਅਭਿਮਾਨ ਰੱਖਦੇ, ਉਹਨਾਂ ਨੇ ਬੜਾ ਵਿਰੋਧ ਕੀਤਾ ਵੀ ਮਹਾਰਾਜ ਹੀ ਕਿਵੇਂ ਹੋ ਸਕਦਾ ਹੈ। ਗੁਰਮੁਖੋ, ਇੱਕ ਵੇਲੇ ਨਾ ਪਹਾੜੀ ਰਾਜੇ ਵੀ ਮਹਾਰਾਜ ਨੂੰ ਕਹਿਣ ਲੱਗ ਪਏ ਸਨ ਵੀ ਸਾਡੇ ਗੁਰੂ ਬਣ ਜਾਓ, ਸਾਨੂੰ ਅੰਮ੍ਰਿਤ ਛਕਾ ਦੇਵੋ। ਮਹਾਰਾਜ, ਅੰਮ੍ਰਿਤ ਛਕਣ ਨੂੰ ਤਿਆਰ ਹਾਂ, ਤੁਹਾਡੇ ਸਿੱਖ ਬਣਨ ਨੂੰ ਵੀ ਤਿਆਰ ਹਾਂ, ਜੋ ਤੁਸੀਂ ਸਾਨੂੰ ਦਕਸ਼ਣਾ ਕਹੋਗੇ ਉਹ ਅਸੀਂ ਦਕਸ਼ਣਾ ਦੇਣ ਨੂੰ ਵੀ ਤਿਆਰ ਹਾਂ, ਪਰ ਸਾਨੂੰ ਅੰਮ੍ਰਿਤ ਵੱਖਰੇ ਬਾਟੇ ਵਿੱਚ ਛਕਾਓ, ਵੱਖਰੇ ਭਾਂਡੇ ਵਿੱਚ। ਬਾਕੀ ਆਮ ਜਿਹੜੇ ਲੋਕ ਨੇ ਸੰਗਤ ਦੇ, ਇਹਨਾਂ ਨੂੰ ਇੱਕ ਪਾਸੇ ਛਕਾ ਦਿਓ, ਅਤੇ ਸਾਡੇ ਵਾਸਤੇ ਵੱਖਰਾ ਬਾਟਾ ਤਿਆਰ ਕਰਕੇ ਵੱਖਰਾ ਛਕਾਓ, ਅਸੀਂ ਇਹਨਾਂ ਗਰੀਬਾਂ ਦੇ ਨਾਲ ਜਾਂ ਇਹਨਾਂ ਦੂਜੀਆਂ ਜਾਤਾਂ ਵਾਲਿਆਂ ਦੇ ਨਾਲ ਅੰਮ੍ਰਿਤ ਪਾਨ ਨਹੀਂ ਕਰਾਂਗੇ, ਅਸੀਂ ਉੱਚੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਇਸ ਊਚ ਨੀਚ ਦੇ ਭੇਦ ਨੂੰ ਖਤਮ ਕਰਨਾ ਹੈ, ਤਾਂ ਤਾਂ ਅਸੀਂ ਇੱਕ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਇੱਕ ਬਾਟੇ ਵਿੱਚੋਂ ਸਾਰਿਆਂ ਨੂੰ ਛਕਾਇਆ, ਅਤੇ ਜੇ ਤੁਹਾਨੂੰ ਵੱਖਰਾ ਛਕਾ ਦਈਏ ਫਿਰ ਉਹ ਪਰੰਪਰਾ ਕਿੱਧਰ ਜਾਏਗੀ। ਅੱਜ ਵੀ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨਾ, ਅੰਮ੍ਰਿਤ ਛਕਾਉਣ ਤੋਂ ਮਗਰੋਂ ਇੱਕੋ ਹੀ ਬਾਟਾ ਸਾਰਿਆਂ ਦੇ ਮੂੰਹ ਨੂੰ ਲਾਇਆ ਜਾਂਦਾ, ਭਾਵ ਇਹ ਹੈ ਵੀ ਅੱਜ ਤੋਂ ਬਾਅਦ ਕਿਸੇ ਦੀ ਕੋਈ ਜਾਤ ਪਾਤ ਦਾ, ਊਚ ਨੀਚ ਦਾ ਇਹ ਫਰਕ ਨਹੀਂ ਹੈ, ਸਾਰੇ ਇੱਕੋ ਹੀ ਬਣ ਗਏ, ਖਾਲਸਾ ਹੀ ਸੱਜ ਗਏ। ਪਹਾੜੀਆਂ ਨੇ ਇਹ ਰੱਖਿਆ ਮਹਾਰਾਜ ਦੇ ਅੱਗੇ ਬਚਨ, ਸਤਿਗੁਰੂ ਕਹਿਣ ਲੱਗੇ ਨਹੀਂ, ਅੰਮ੍ਰਿਤ ਇੱਕੇ ਬਾਟੇ ਵਿੱਚ ਹੀ ਛਕਾਵਾਂਗੇ, ਛਕਣਾ ਤੁਹਾਡੀ ਮਰਜ਼ੀ, ਨਹੀਂ ਛਕਣਾ ਤਾਂ ਰਹਿਣ ਦਿਓ। ਨਹੀਂ ਤਾਂ ਗੁਰਮੁਖ ਉਹ ਸਮੇਂ ਦੇ ਰਾਜੇ ਸਨ,
ਮਹਾਰਾਜ ਨੇ ਜੇ ਗਿਣਤੀ ਵਧਾਉਣੀ ਹੁੰਦੀ ਤਾਂ ਆਖ ਦਿੰਦੇ ਚਲੋ ਠੀਕ ਤੁਹਾਡੇ ਵਾਸਤੇ ਵੱਖਰਾ ਬਾਟਾ ਤਿਆਰ ਕਰਦੇ, ਪਰ ਨਹੀਂ, ਮਹਾਰਾਜ ਨੇ ਖਾਲਸੇ ਦੀ ਇੱਕ ਮਰਿਆਦਾ ਵਧੀ ਹੈ, ਇੱਕੋ ਬਾਟਾ ਤਿਆਰ ਕੀਤਾ। ਹੁਣ ਜਦੋਂ ਸਾਰਿਆਂ ਨੂੰ ਅੰਮ੍ਰਿਤ ਛਕਾਉਂਦੇ, ਕੋਈ ਕਿਸੇ ਜਾਤ ਦਾ ਹੈ, ਕੋਈ ਕਿਸੇ ਜਾਤ ਦਾ ਹੈ, ਕੋਈ ਕਿਸੇ ਇਲਾਕੇ ਵਿੱਚੋਂ ਆਇਆ, ਕੋਈ ਜਿਹੜਾ ਹੈ ਉਹ ਬੋਲੀ ਕੋਈ ਹੋਰ ਬੋਲਦਾ ਹੈ, ਪਰ ਅੰਮ੍ਰਿਤ ਸਾਰਿਆਂ ਨੂੰ ਬਰਾਬਰ ਇੱਕੋ ਜਿਹਾ ਹੀ ਮਿਲਦਾ ਪਿਆ, ਨਾ ਇਲਾਕੇ ਦਾ ਕੋਈ ਵੰਡ ਹੈ, ਨਾ ਕੋਈ ਬੋਲੀ ਦੀ ਵੰਡ ਹੈ, ਨਾ ਕੋਈ ਜਾਤ ਦੀ ਵੰਡ ਹੈ। ਅਤੇ ਜਦੋਂ ਉਹ ਆਉਂਦੇ ਤਾਂ ਮੋਨੇ ਘੋਨੇ ਨੇ ਜਾਂ ਵੱਖ ਵੱਖ ਲਿਬਾਸ ਪਾ ਕੇ ਅਨੰਦਪੁਰ ਸਾਹਿਬ ਨੂੰ ਆਉਂਦੇ, ਜਦੋਂ ਅਨੰਦਪੁਰ ਸਾਹਿਬ ਦੇ ਵਿੱਚੋਂ ਅੰਮ੍ਰਿਤ ਛਕ ਲੈਂਦੇ, ਉਹ ਸਾਰੇ ਖਾਲਸੇ ਬਣ ਬਣ ਕੇ ਵਾਪਸ ਮੁੜਦੇ, ਇੱਕੋ ਜਿਹਾ ਉਹਨਾਂ ਦੇ ਬਾਣੇ ਹੋ ਜਾਂਦੇ, ਇੱਕੋ ਜਿਹਾ ਬਚਨ ਬਿਲਾਸ ਹੋ ਜਾਂਦੇ। ਜਿਹੜੇ ਫਿਰ ਲੋਕ ਜਾਤਾਂ ਪਾਤਾਂ ਦੀ ਬੰਦਿਸ਼ ਵਿੱਚ ਬੱਧੇ ਸਨ ਵੀ ਅਸੀਂ ਉੱਚੀ ਜਾਤ ਵਾਲੇ ਹਾਂ, ਸਾਡਾ ਮਾਣ ਸਨਮਾਨ ਹੋਣਾ ਚਾਹੀਦਾ, ਉਹਨਾਂ ਲੋਕਾਂ ਨੂੰ ਫਿਰ ਇਹ ਗੱਲ ਚੰਗੀ ਨਹੀਂ ਲੱਗਦੀ ਹੈ। ਉਹ ਫਿਰ ਜਾਂ ਤਾਂ ਮਹਾਰਾਜ ਦਾ ਵਿਰੋਧ ਕਰਦੇ, ਜਾਂ ਫਿਰ ਜਿਹੜੀ ਸੰਗਤ ਆਉਂਦੀ ਹੈ ਉਹਨਾਂ ਨੂੰ ਰਾਹ ਵਿੱਚ ਮਿਹਣੇ ਮਾਰਨੇ, ਤੰਗ ਕਰਨਾ, ਉਹਨਾਂ ਨੂੰ ਲੁੱਟ ਲੈਣਾ, ਉਹਨਾਂ ਨੂੰ ਮਾੜੇ ਚੰਗੇ ਬਚਨ ਕਹਿ ਕੇ ਬੋਲ ਕਬੋਲ ਬੋਲਣੇ ਵੀ ਇਹ ਤੁਸੀਂ ਕੀ ਕੀਤਾ ਹੈ। ਜਾਂ ਜਿਹੜਾ ਕੋਈ ਆਪਦੇ ਪਿੰਡ ਵਿੱਚ ਰਹਿਣ ਵਾਲਾ, ਮੰਨ ਲਓ ਪਿੰਡ ਵਿੱਚੋਂ ਕੋਈ ਅੰਮ੍ਰਿਤ ਛਕ ਲਵੇ, ਉਹ ਪਿੰਡ ਦੇ ਲੋਕ ਉਹਦਾ ਬਾਈਕਾਟ ਕਰ ਦਿੰਦੇ, ਜਾਂ ਉਹਨੂੰ ਕਈ ਤਰ੍ਹਾਂ ਦੇ ਨਾਲ ਤੰਗ ਕਰਦੇ ਵੀ ਇਹਦਾ ਕੋਈ ਰਿਸ਼ਤਾ ਨਹੀਂ ਕਿਤੇ ਅਸੀਂ ਹੋਣ ਦੇਵਾਂਗੇ, ਇਹਦੇ ਨਾਲ ਮਿਲਣਾ ਵਰਤਣਾ ਅਸੀਂ ਬੰਦ ਕਰ ਦੇਵਾਂਗੇ। ਇਸ ਤਰ੍ਹਾਂ ਦੇ ਲੋਕ ਜੋ ਕਰ ਸਕਦੇ ਸਨ ਉਹ ਕਰਦੇ ਪਏ, ਇਸ ਤਰ੍ਹਾਂ ਦਾ ਵਿਰੋਧ ਪੂਰਾ ਹੁੰਦਾ ਹੈ। ਕਾਸ਼ ਨੇ ਮੰਨੇ ਤੇ ਕੁਝ ਆਖਦੇ ਵੀ ਕੇਸ ਨਹੀਂ ਰੱਖਣੇ ਚਾਹੀਦੇ। ਹੁਣ ਜਿਹੜੇ ਮਹਾਰਾਜ ਦਾ ਅੰਮ੍ਰਿਤ ਛਕਦੇ ਉਹ ਕੇਸ ਰੱਖ ਲੈਂਦੇ, ਪਰ ਕੁਝ ਲੋਕ ਕੇਸਾਂ ਦੇ ਵਿਰੁੱਧ ਹੁੰਦੇ ਵੀ ਕੇਸ ਨਹੀਂ ਰੱਖਣੇ ਹਨ। ਜੇ ਕੋਈ ਰੱਖਦਾ ਤਾਂ ਉਹਦਾ ਵੀ ਵਿਰੋਧ ਕਰਦੇ ਵੀ ਕੇਸ ਕਿਉਂ ਰੱਖੇ ਨੇ। ਅਤੇ ਕਾਸ਼ ਨਾਮ ਗੁਰਮੁਖੋ ਹੈ ਕਛਹਿਰੇ ਦਾ, ਕੁਝ ਲੋਕ ਆਖਦੇ ਵੀ ਅਸੀਂ ਇੱਕ ਕਾਰ ਕਛਹਿਰਾ ਪਾਵਾਂਗੇ ਹੀ ਨਹੀਂ, ਅਸੀਂ ਧੋਤੀ ਬਣਦੇ ਹਾਂ, ਅਸੀਂ ਲੰਗੋਟ ਬਣਦੇ ਹਾਂ, ਅਸੀਂ ਇੱਕ ਕਛਹਿਰੇ ਨੂੰ ਨਹੀਂ ਮੰਨਦੇ, ਇੱਕ ਕਾਰ ਅਸੀਂ ਧਾਰਨ ਨਹੀਂ ਕਰਾਂਗੇ। ਕੋਈ ਇੱਕ ਕਛਹਿਰੇ ਦਾ ਵਿਰੋਧ ਕਰਦਾ, ਕੋਈ ਕੇਸਾਂ ਦਾ ਵਿਰੋਧ ਕਰਦਾ, ਇਸ ਤਰ੍ਹਾਂ ਸੰਗਤ ਦਾ ਇਹ ਲੋਕ ਵਿਰੋਧ ਕਰਦੇ ਹਨ। ਭੱਦਣ ਹੋ ਤਿਸ ਬੰਸ਼ ਹਮਾਰੇ, ਅਤੇ ਕਈ ਆਖਦੇ ਮਹਾਰਾਜ ਵੀ ਸਾਡੀ ਕੁੱਲ ਵਿੱਚ ਭੱਦਣ ਕਰਵਾਇਆ ਜਾਂਦਾ, ਸਿਰ ਮੁੰਡਨ ਕਰਵਾਇਆ ਜਾਂਦਾ ਹੈ। ਅੱਜ ਵੀ ਕਈ ਇਲਾਕਿਆਂ ਦੇ ਵਿੱਚ ਜੇ ਕੋਈ ਘਰ ਦਾ ਮੈਂਬਰ ਚੜ੍ਹਾਈ ਕਰ ਜਾਵੇ ਨਾ, ਮਰ ਜਾਵੇ, ਅਤੇ ਉਹਦੇ ਸੰਸਕਾਰ ਤੋਂ ਬਾਅਦ ਵਿੱਚ ਉਹਦਾ ਸਿਰ ਮੁੰਡਨ ਕੀਤਾ ਜਾਂਦਾ, ਸਿਰ ਦੇ ਸਾਰੇ ਵਾਲ ਉਹਦੇ ਲਾਹ ਦਿੱਤੇ ਜਾਂਦੇ, ਗੰਜਾ ਕੀਤਾ ਜਾਂਦਾ। ਇਹ ਇੱਕ ਪ੍ਰਥਾ ਹੈ ਕਿਸੇ ਕਿਸੇ ਇਲਾਕੇ ਦੇ ਵਿੱਚ ਜਾਂ ਕਿਸੇ ਕਿਸੇ ਖਾਨਦਾਨ ਦੇ ਵਿੱਚ ਵੀ, ਜੇ ਕੋਈ ਮਰ ਗਿਆ ਹੈ ਤਾਂ ਉਹਨੂੰ ਸਿਰ ਭੱਦਣ ਕਰਵਾਉਣਾ, ਮੁੰਡਨ ਕਰਵਾਉਣਾ ਪਵੇਗਾ। ਕੁਝ ਲੋਕ ਇਸ ਗੱਲ ਦਾ ਵਿਰੋਧ ਕਰਦੇ, ਮਹਾਰਾਜ ਵੀ ਅੱਜ ਅੰਮ੍ਰਿਤ ਛਕ ਕੇ ਮੰਨ ਲਓ ਅਸੀਂ ਕੇਸ ਰੱਖ ਲੈਂਦੇ ਹਾਂ, ਕੱਲ੍ਹ ਨੂੰ ਜਦੋਂ ਸਾਡੇ ਪਰਿਵਾਰ ਦੇ ਵਿੱਚ ਕੋਈ ਜੀ ਮਰ ਜਾਏਗਾ ਫਿਰ ਸਾਨੂੰ ਤਾਂ ਉੱਥੇ ਮੁੰਡਨ ਕਰਵਾਉਣਾ ਪਵੇਗਾ, ਨਹੀਂ ਤਾਂ ਸ਼ਾਸਤਰ ਇਹ ਗੱਲ ਕਹਿੰਦੇ ਨੇ ਮੁੰਡਨ ਨਹੀਂ ਕਰਵਾਵੇਗਾ ਤਾਂ ਉਹ ਮਰਨ ਵਾਲੇ ਨੂੰ ਗਤੀ ਨਹੀਂ ਮਿਲੇਗੀ, ਮੋਕਸ਼ ਨਹੀਂ ਮਿਲੇਗਾ, ਅਤੇ ਸਾਡੇ ਨਾਲੋਂ ਜਿਹੜਾ ਮਰ ਕੇ ਚਲਾ ਗਿਆ ਉਹਨੂੰ ਮੋਕਸ਼ ਨਹੀਂ ਮਿਲੇਗਾ ਜੇ ਭੱਦਣ ਨਾ ਕਰਵਾਇਆ, ਮੁੰਡਨ ਨਾ ਕਰਵਾਇਆ। ਕੁਝ ਲੋਕ ਕੇਸਾਂ ਦੀ ਤਾਂ ਵਿਰੋਧਤਾ ਕਰਦੇ, ਅਤੇ ਕੁਝ ਲੋਕ ਸ਼ਹਿਰਾ ਜਿਹੜਾ ਕਕਾਰ ਹੈ ਇਹਦੀ ਵਿਰੋਧਤਾ ਕਰਦੇ, ਆਖਦੇ ਵੀ ਅਸੀਂ ਧੋਤੀ ਪਹਿਣਦੇ ਹਾਂ, ਕੋਈ ਆਖਦਾ ਮੈਂ ਲੰਗੋਟ ਪਹਿਣਦਾ ਹਾਂ, ਮੈਂ ਦੂਜਾ ਇਸ ਤਰ੍ਹਾਂ ਦਾ ਕੋਈ ਕੱਪੜਾ ਪਾ ਨਹੀਂ ਸਕਦਾ। ਕੁਝ ਲੋਕ ਇਸ ਤਰ੍ਹਾਂ ਦਾ ਵੀ ਵਿਰੋਧ ਕਰਦੇ ਹਨ। ਕਿਸਕੋ ਤਿਆਗ ਨਾ ਅੰਗੀਕਾਰੇ, ਮਹਾਰਾਜ ਅਸੀਂ ਉਹਨੂੰ ਛੱਡ ਨਹੀਂ ਸਕਦੇ, ਜਿਹੜਾ ਭੱਦਣ ਕਰਨਾ ਚਾਹੁੰਦਾ ਮੁੰਡਨ ਕਰਨਾ ਚਾਹੁੰਦਾ ਉਹ ਕਹਿੰਦਾ ਵੀ ਮਹਾਰਾਜ ਮੈਂ ਕੇਸ ਮੁੰਡਨ ਤੋਂ ਬਿਨਾਂ ਰਹਿ ਨਹੀਂ ਸਕਦਾ, ਜਿਹੜਾ ਲੰਗੋਟ ਪਾਉਂਦਾ ਧੋਤੀ ਬਣਦਾ ਉਹ ਕਹਿੰਦਾ ਵੀ ਮੈਂ ਕਛਹਿਰਾ ਨਹੀਂ ਪਾ ਸਕਦਾ। ਇਸ ਤਰ੍ਹਾਂ ਕੋਈ ਨਾ ਕੋਈ ਬਹਾਨਾ ਲਾ ਕੇ ਇਹ ਮਹਾਰਾਜ ਦੀ ਮਰਿਆਦਾ ਦਾ ਵਿਰੋਧ ਕਰਦੇ ਹਨ। ਸਿੱਖ ਕਦੀਮੀ ਹੈ ਗੁਰ ਕੇ, ਆਖਦੇ ਮਹਾਰਾਜ ਵੀ ਅਸੀਂ ਤੁਹਾਡੇ ਸਿੱਖ ਜ਼ਰੂਰ ਹਾਂ। ਕੁਝ ਸੰਗਤ ਵਿੱਚ ਵੀ ਆਉਂਦੇ, ਮਹਾਰਾਜ ਅਸੀਂ ਸਿੱਖ ਹਾਂ, ਕੋਈ ਆਖਦਾ ਜੀ ਅਸੀਂ ਗੁਰੂ ਰਾਮਦਾਸ ਮਹਾਰਾਜ ਦੇ ਟਾਈਮ ਤੋਂ ਸਿੱਖੀ ਲਈ ਹੈ, ਕੋਈ ਆਖਦਾ ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਟਾਈਮ ਤੋਂ ਸਿੱਖੀ ਲਈ ਹੈ। ਮਹਾਰਾਜ ਅਸੀਂ ਪੀੜ੍ਹੀ ਦਰ ਪੀੜ੍ਹੀ ਸਾਡੀਆਂ ਕਈ ਕੁੱਲਾਂ ਕਈ ਖਾਨਦਾਨ ਤੁਹਾਡੇ ਸਿੱਖ ਹਨ। ਪਗ ਪਾਹੁਲ ਕੀ ਲੇਤ ਕਨੇਰੇ, ਸਤਿਗੁਰੂ ਜੀ ਸਾਨੂੰ ਅੰਮ੍ਰਿਤ ਛਕਾ ਦਿਓ, ਅੰਮ੍ਰਿਤ ਛਕ ਲੈਂਦੇ ਹਾਂ ਪਰ ਸਾਰੀਆਂ ਗੱਲਾਂ ਨਹੀਂ ਅਸੀਂ ਮੰਨ ਸਕਦੇ। ਕੋਈ ਆਖਦਾ ਮੈਂ ਕੇਸ ਨਹੀਂ ਰੱਖਾਂਗਾ, ਕੋਈ ਆਖਦਾ ਮੈਂ ਕਿਰਪਾਨ ਨਹੀਂ ਪਾਵਾਂਗਾ, ਕੋਈ ਆਖਦਾ ਮੈਂ ਕਛਹਿਰਾ ਨਹੀਂ ਧਾਰਨ ਕਰ ਸਕਦਾ। ਮਹਾਰਾਜ ਅੰਮ੍ਰਿਤ ਵੀ ਚਲੋ ਮੰਨ ਲਿਆ ਵੀ ਛਕ ਲੈਂਦੇ ਹਾਂ, ਸਾਡੇ ਵਾਸਤੇ ਅੰਮ੍ਰਿਤ ਵੀ ਵੱਖਰਾ ਹੋਵੇ, ਸਾਨੂੰ ਕਕਾਰਾਂ ਦੇ ਵਿੱਚੋਂ ਛੋਟ ਦੇਣਾ ਕਰੋ। ਕਿਰਪਾਨ ਕੇਸ ਕਸ਼ ਰਹਿਤ ਜੋ ਨਿਆਰੀ, ਮਹਾਰਾਜ ਇਹ ਜਿਹੜੀ ਤੁਹਾਡੀ ਰਹਿਤ ਹੈ ਨਾ ਵੀ ਕਿਰਪਾਨ ਪਾਉਣੀ ਗੱਲ ਦੇ ਵਿੱਚ, ਕਰਦ ਕੇਸ ਕਸ਼ ਰਹਿਤ ਜੋ ਨਿਆਰੀ, ਜਿਹੜੀ ਕਿਰਪਾਨ ਪਾਉਣੀ ਹੈ ਗੱਲ ਦੇ ਵਿੱਚ, ਕੇਸ ਰੱਖਣੇ ਨੇ, ਕਛਹਿਰਾ ਪਾਉਣਾ ਹੈ,
ਇਹ ਤੁਹਾਡੀ ਮਰਿਆਦਾ ਦੂਜਿਆਂ ਨਾਲੋਂ ਵੱਖਰੀ ਹੈ, ਹੋਰਾਂ ਧਰਮਾਂ ਵਿੱਚ ਤੇ ਮਰਿਆਦਾ ਨਹੀਂ ਹੈ। ਸੋ ਨਾ ਕਰਹਿ ਹਮ ਅੰਗੀਕਾਰ। ਮਹਾਰਾਜ ਇਹ ਅਸੀਂ ਅੰਗੀਕਾਰ ਨਹੀਂ ਕਰਾਂਗੇ। ਚਲੋ ਮੰਨ ਲਓ ਜੇ ਤੁਸੀਂ ਕਹਿੰਦੇ ਹੋ ਤਾਂ ਅੰਮ੍ਰਿਤ ਛਕ ਲੈਂਦੇ ਆ, ਮੰਨ ਲਓ ਤਾਂ ਇਸ ਤਰ੍ਹਾਂ ਕਹਿ ਦਿੱਤਾ ਜਿਵੇਂ ਮਹਾਰਾਜ ਤੇ ਅਹਿਸਾਨ ਕਰਨ ਲੱਗੇ ਨੇ, ਪਾਰੋਪਕਾਰ ਕਰਨ ਲੱਗੇ। ਮਹਾਰਾਜ ਅੰਮ੍ਰਿਤ ਛਕ ਲੈਂਦੇ ਆ ਪਰ ਕਿਰਪਾਨ ਹਰ ਵੇਲੇ ਪਾ ਕੇ ਰੱਖਣੀ, ਇਹ ਗੱਲ ਸਾਨੂੰ ਠੀਕ ਨਹੀਂ ਲੱਗਦੀ ਹੈ। ਜਦੋਂ ਕਿਤੇ ਜੰਗ ਕਰਨਾ ਹੈ, ਕੋਈ ਮੁਸੀਬਤ ਪੈਣੀ, ਉਦੋਂ ਕਿਰਪਾਨ ਪਾਲਾਂ ਕਰਾਂਗੇ, ਹਰ ਵੇਲੇ ਥੋੜ੍ਹੀ ਪਾ ਕੇ ਰੱਖਾਂਗੇ। ਮਹਾਰਾਜ ਇਹ ਗੱਲ ਦੀ ਸਾਨੂੰ ਛੋਟ ਦੇ ਦਿਓ। ਕੋਈ ਆਖਦਾ ਮਹਾਰਾਜ ਵੀ ਚਲੋ ਕੇਸ ਰੱਖ ਲੈਂਦੇ ਹਾਂ ਪਰ ਜਦੋਂ ਕਿਤੇ ਸਾਡਾ ਜੀ ਕਰੇ ਵੀ ਮੁੰਡਨ ਕਰਨਾ ਹੈ, ਉਦੋਂ ਸਾਨੂੰ ਮੁੰਡਨ ਕਰਨ ਦੀ ਆਗਿਆ ਦੇ ਦਿਓ। ਕੋਈ ਆਖਦਾ ਮਹਾਰਾਜ ਵੀ ਇੱਕ ਸ਼ਹਿਰਾ ਜਿਹੜਾ ਕਕਾਰ ਹੈ ਇਹ ਅਸੀਂ ਹਰ ਵੇਲੇ ਨਹੀਂ ਪਾ ਸਕਦੇ, ਇਹਦੇ ਵਿੱਚੋਂ ਵੀ ਸਾਨੂੰ ਛੋਟ ਚਾਹੀਦੀ ਹੈ। ਮਹਾਰਾਜ ਇਹਨਾਂ ਚੀਜ਼ਾਂ ਵਿੱਚੋਂ ਛੋਟ ਦੇਣਾ ਕਰੋ। ਇਸ ਪ੍ਰਕਾਰ ਜੋ ਹੱਠ ਕੋ ਕਰਤੇ, ਜਿਹੜੇ ਇਸ ਤਰ੍ਹਾਂ ਹੱਠ ਕਰਦੇ ਨਾ ਵੀ ਨਹੀਂ ਅਸੀਂ ਆਹ ਗੱਲ ਨਹੀਂ ਮੰਨਾਂਗੇ, ਬਾਕੀ ਮੰਨ ਲੈਂਦੇ, ਆਹ ਚੀਜ਼ ਦੀ ਛੋਟ ਦੇ ਦਿਓ, ਜਿਹੜੇ ਇਸ ਤਰ੍ਹਾਂ ਜਿੱਦ ਕਰਦੇ ਹਨ। ਜਗ ਜੂਠਾਦਿਕ ਬਰਤਨ ਧਰਤੇ, ਕੁਝ ਲੋਕ ਆਖਦੇ ਮਹਾਰਾਜ ਅਸੀਂ ਸਿੱਖ ਵੀ ਬਣ ਜਾਂਦੇ ਹਾਂ ਪਰ ਸਾਨੂੰ ਤੰਬਾਕੂ ਖਾਣ ਦੀ ਆਗਿਆ ਦੇ ਦਿਓ, ਵੀ ਮੈਂ ਤਾਂ ਤੰਬਾਕੂ ਪੱਕਾ ਹੀ ਖਾਂਦਾ ਹਾਂ। ਤੰਬਾਕੂ ਵੀ ਤੀ ਇੱਕ ਨਸ਼ਾ ਹੀ ਹੈ ਨਾ, ਕੋਈ ਬੀੜਾ, ਕੋਈ ਜਰਦਾ ਲਾਉਂਦਾ, ਕੋਈ ਬੀੜੀ ਸਿਗਰਟ ਪੀਂਦਾ ਹੈ, ਕੋਈ ਹੁੱਕਾ ਪੀਂਦਾ, ਇਹ ਉਹਨਾਂ ਦਾ ਨਸ਼ਾ ਹੈ, ਨਸ਼ੇ ਬਿਨਾਂ ਰਹਿ ਨਹੀਂ ਸਕਦੇ। ਮਹਾਰਾਜ ਅਸੀਂ ਤਾਂ ਬੜੇ ਚਿਰ ਤੋਂ ਇਹ ਨਸ਼ਾ ਕਰਦੇ ਹਾਂ, ਚਲੋ ਅੰਮ੍ਰਿਤ ਛਕ ਲੈਂਦੇ ਹਾਂ, ਤੁਹਾਡੇ ਸਿੱਖ ਵੀ ਬਣ ਜਾਂਦੇ ਹਾਂ ਪਰ ਸਾਨੂੰ ਹੁੱਕਾ ਪੀਣ ਦੀ ਖੁੱਲ੍ਹ ਦੇ ਦਿਓ। ਕੋਈ ਆਖਦਾ ਬੀੜੀ ਜਾਂ ਜਰਦਾ ਲਾਉਣ ਦੀ ਸਾਨੂੰ ਆਗਿਆ ਦੇ ਦਿਓ। ਕੋਈ ਆਖਦਾ ਮਹਾਰਾਜ ਵੀ ਸਾਨੂੰ ਇਹ ਜਿਹੜਾ ਹੋਰ ਕੋਈ ਤੰਬਾਕੂ ਖਾਣ ਦੀ ਆਗਿਆ ਮਿਲਣੀ ਚਾਹੀਦੀ ਹੈ, ਇਹ ਰਹਿਤ ਜਿਹੜੀ ਹੈ ਇਹਦੇ ਵਿੱਚ ਸਾਨੂੰ ਛੂਟ ਦੇਣਾ ਕਰੋ। ਤਿੰਨ ਕਹੋ ਸਿੰਘ ਕਰਹਿ ਅਪਮਾਨ, ਅਤੇ ਮਹਾਰਾਜ ਦੇ ਸਿੰਘ ਕਹਿੰਦੇ ਨਹੀਂ ਭਾਈ ਇਹ ਨਹੀਂ ਹੋ ਸਕਦਾ ਹੈ, ਮਰਿਆਦਾ ਸਾਰਿਆਂ ਵਾਸਤੇ ਇੱਕੋ ਹੀ ਹੈ, ਪਰੰਪਰਾ ਇੱਕੋ ਹੀ ਹੈ, ਅੰਮ੍ਰਿਤ ਛਕਣ ਦੀ ਵਿਧੀ ਇੱਕ ਹੈ, ਮਰਿਆਦਾ ਰੱਖਣ ਦਾ ਤਰੀਕਾ ਵੀ ਇੱਕੋ ਹੀ ਹੈ, ਤੰਬਾਕੂ ਵੀ ਨਹੀਂ ਖਾਣਾ ਹੈ, ਬੀੜੀ ਵੀ ਨਹੀਂ ਪੀਣੀ ਹੈ, ਇਸੇ ਤਰ੍ਹਾਂ ਜਰਦਾ ਵਗੈਰਾ ਨਹੀਂ ਲਾਉਣਾ, ਹੁੱਕਾ ਨਹੀਂ ਪੀਣਾ, ਇਹ ਕੁਝ ਨਹੀਂ ਕਰਨਾ ਹੈ। ਅਤੇ ਫਿਰ ਕੁਝ ਲੋਕ ਜਿੱਦ ਕਰਦੇ, ਫਿਰ ਗੁਰੂ ਕਾ ਖਾਲਸਾ ਉਹਨਾਂ ਦਾ ਫਿਰ ਅਪਮਾਨ ਵੀ ਕਰਦਾ ਹੈ, ਪਰ ਜਿਹੜਾ ਬੀੜੀ ਪੀਂਦਾ ਉਹਨੂੰ ਆਉਂਦੇ ਵੀ ਉਹ ਫਲਾਣਾ ਵੇਖੋ ਗਧੀ ਚੁੰਘਦਾ ਪਿਆ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜਿਹੜਾ ਹੁੱਕਾ ਪੀਂਦਾ ਕਹਿੰਦੇ ਗਧਾ ਚੁੰਘਦਾ ਪਿਆ ਹੈ, ਫਿਰ ਖਾਲਸਾ ਵੀ ਉਹਨਾਂ ਨੂੰ ਉਸ ਤਰ੍ਹਾਂ ਦੇ ਤੰਜ ਕੱਸਦਾ ਹੈ। ਜਿਹੜੇ ਲੋਕ ਮਰਿਆਦਾ ਵਿੱਚ ਛੋਟ ਭਾਲਦੇ ਨਾ ਵੀ ਮਹਾਰਾਜ ਇਹਨਾਂ ਚੀਜ਼ਾਂ ਵਿੱਚ ਛੋਟ ਦੇ ਦਿਓ, ਸਤਿਗੁਰੂ ਕਹਿੰਦੇ ਨਹੀਂ ਮਿਲੇਗੀ, ਮਰਿਆਦਾ ਇੱਕੋ ਹੀ ਹੈ। ਫਿਰ ਗੁਰੂ ਕਾ ਖਾਲਸੇ ਦਾ ਉਹ ਲੋਕ ਅਪਮਾਨ ਕਰਦੇ ਜਾਣ ਬੁੱਝ ਕੇ, ਵੇਖੋ ਕਿਸ ਤਰ੍ਹਾਂ ਦੇ ਕਕਾਰ ਪਾ ਕੇ ਬਣ ਗਿਆ, ਵੇਖੋ ਉਹਨੂੰ ਕੇਸ ਕਿਸ ਤਰ੍ਹਾਂ ਦੇ ਲੱਗਦੇ, ਇਹ ਕਿਸ ਤਰ੍ਹਾਂ ਦੀ ਪੱਗ ਬੰਨ੍ਹੀ ਫਿਰਦਾ, ਉਹ ਕਈ ਤਰ੍ਹਾਂ ਦੇ ਬਖੌਲ ਵਾਲੇ ਬਚਨ ਕਰਦੇ ਚੜਾਉਂਦੇ ਜਾਣ ਬੁੱਝ ਕੇ। ਅਤੇ ਫਿਰ ਗੁਰੂ ਕਾ ਖਾਲਸਾ ਵੀ ਅੱਗੋਂ ਉਹਨਾਂ ਨੂੰ ਚੜਾਉਂਦਾ ਹੈ, ਉਹਨਾਂ ਦਾ ਅਪਮਾਨ ਕਰਦਾ, ਜੇ ਕੋਈ ਬੀੜੀ ਪੀ ਰਿਹਾ ਕਹਿੰਦੇ ਗਧੀ ਚੁੰਘਦਾ ਪਿਆ ਹੈ, ਜੇ ਕੋਈ ਹੁੱਕਾ ਪੀਂਦਾ ਗਧਾ ਚੁੰਘਦਾ ਪਿਆ ਹੈ, ਇਸ ਤਰ੍ਹਾਂ ਦੇ ਫਿਰ ਬਚਨ ਕਰਕੇ ਉਹਨਾਂ ਨੂੰ ਅੱਗੋਂ ਬਰਾਬਰ ਦਾ ਜਵਾਬ ਦੇ ਕੇ ਅਪਮਾਨ ਕੀਤਾ ਜਾਂਦਾ ਹੈ। ਨਿਆਰੇ ਭਏ ਖਾਨ ਅਰਪਨ, ਇਸ ਤਰ੍ਹਾਂ ਇਹ ਗੁਰੂ ਕਾ ਖਾਲਸਾ ਭਾਈ ਨਿਆਰਾ ਵੱਖਰਾ ਹੋ ਗਿਆ, ਪ੍ਰਸ਼ਾਦਾ ਪਾਣੀ ਰਹਿਣਾ ਪਹਿਣਾ ਖਾਣਾ ਸਭ ਕੁਝ ਵੱਖਰਾ ਕਰ ਲਿਆ। ਹੁਣ ਉਹ ਤਾਂ ਸਾਰੇ ਜੂਠ ਮੀਠ ਖਾਈ ਜਾਂਦੇ ਆਸਿਓਂ ਪਾਸਿਓਂ ਇੱਧਰੋਂ ਉੱਧਰੋਂ, ਪਰ ਗੁਰੂ ਕੇ ਖਾਲਸੇ ਨੇ ਜੂਠ ਖਾਣੀ ਬੰਦ ਕਰ ਦਿੱਤੀ ਹੈ। ਉਹਨਾਂ ਨੂੰ ਜਿਸ ਤਰ੍ਹਾਂ ਦੇ ਮਰਜ਼ੀ ਲੀੜਾ ਕੱਪੜਾ ਦੇ ਦਿਓ ਪਾਉਣ ਵਾਸਤੇ, ਵਸਤਰ ਪਾ ਲੈਂਦੇ, ਪਰ ਗੁਰੂ ਕਾ ਖਾਲਸਾ ਹੁਣ ਉਹ ਕੱਪੜਾ ਪਾਉਂਦਾ ਜਿਹੜਾ ਗੁਰੂ ਮਰਿਆਦਾ ਵਿੱਚ ਗੁਰੂ ਹੁਕਮ ਦੇ ਵਿੱਚ ਹੈ। ਇਸ ਤਰ੍ਹਾਂ ਗੁਰੂ ਖਾਲਸੇ ਨੇ ਆਪਣਾ ਖਾਣਾ ਪੀਣਾ ਪਹਿਰਾਣ ਸਭ ਕੁਝ ਆਮ ਜਨਤਾ ਨਾਲੋਂ ਆਮ ਲੋਕਾਂ ਨਾਲੋਂ ਵੱਖਰਾ ਕਰ ਲਿਆ ਹੈ। ਗੁਰੂ ਨਿਕਟ ਰਹਿ ਸਿੱਖੀ ਹੈ ਸਿੱਖ, ਇਸ ਕਰਕੇ ਗੁਰੂ ਦੇ ਕੋਲ ਰਹਿ ਕੇ ਸਿੱਖਿਆ ਸਿੱਖ ਦੇ ਗੁਰਮੁਖੋ, ਕੱਪੜਾ ਅੱਜ ਵੀ ਉਹੀ ਪਾਉਣਾ ਹੈ ਜਿਹੜਾ ਕੱਪੜਾ ਤੁਹਾਡੇ ਤਨ ਨੂੰ ਢੱਕ ਦੇਵੇ, ਤਨ ਦੀ ਨੁਮਾਇਸ਼ ਨਾ ਕਰੇ, ਸਰੀਰ ਨੂੰ ਢੱਕੇ, ਤੁਹਾਡੀ ਇੱਜ਼ਤ ਬਰਕਰਾਰ ਰਹੇ, ਉਹ ਕੱਪੜਾ ਪਾ ਕੇ ਗੁਰੂ ਦੀ ਹਜ਼ੂਰੀ ਵਿੱਚ ਆਉਣਾ ਹੈ, ਗੁਰੂ ਸੰਗਤ ਵਿੱਚ ਆਉਣਾ ਹੈ। ਵੈਸੇ ਤਾਂ ਆਪਾਂ ਕਿਤੇ ਵੀ ਜਾਈਏ, ਗਲੀ ਬਾਜ਼ਾਰ ਰਿਸ਼ਤੇਦਾਰੀ 'ਤੇ ਜਾਈਏ ਅਤੇ ਕੱਪੜਾ ਤਾਂ ਉਹੀ ਪਾਈਏ ਜਿਹੜਾ ਸਾਡੇ ਤਨ ਨੂੰ ਢੱਕ ਲਵੇ, ਸਾਡੀ ਇੱਜ਼ਤ ਬਣਾ ਕੇ ਰੱਖੜੇ। ਕੱਪੜਾ ਤਨ ਢੱਕਣ ਵਾਸਤੇ ਹੈ, ਨਾ ਕਿ ਤਨ ਨੰਗਾ ਕਰਕੇ ਵਿਖਾਉਣ ਵਾਸਤੇ ਹੈ। ਹੌਲੀ ਹੌਲੀ ਕੱਪੜੇ ਛੋਟੇ ਹੁੰਦਿਆਂ ਹੁੰਦਿਆਂ ਇੰਨੇ ਛੋਟੇ ਹੋ ਗਏ, ਵੇਖ ਕੇ ਸ਼ਰਮ ਆਉਂਦੀ ਹੈ। ਇੱਕ ਦਿਨ ਉਹ ਵੀ ਸਮਾਂ ਆਵੇਗਾ ਜਦੋਂ ਉੱਤਰ ਹੀ ਜਾਣਗੇ, ਲੈ ਹੀ ਜਾਣਗੇ, ਬਸ਼ਰਮੀ ਦਾ ਨੰਗਾ ਨਾਚ ਕਲਯੁੱਗ ਦੇ ਵਿੱਚ ਹੋਵੇਗਾ। ਮਹਾਰਾਜ ਨੇ ਇਹਨਾਂ ਚੀਜ਼ਾਂ ਤੋਂ ਵਿਵਰਜਿਤ ਕੀਤਾ ਹੈ, ਕੱਪੜਾ ਉਹ ਤਨ 'ਤੇ ਪਾਓ ਜਿਹੜਾ ਤੁਹਾਡੇ ਸਰੀਰ ਨੂੰ ਢੱਕ ਲਵੇ, ਤੁਹਾਡੀ ਇੱਜ਼ਤ ਨੂੰ ਢੱਕੇ, ਭਾਵੇਂ ਉਹ ਸਾਦਾ ਹੀ ਹੋਵੇ, ਜ਼ਰੂਰੀ ਨਹੀਂ ਵੀ ਉਹ ਮਹਿੰਗਾ ਹੀ ਹੋਣਾ ਚਾਹੀਦਾ, ਸਾਦਾ ਕੱਪੜਾ ਹੋਵੇ ਉਹ ਵੀ ਤੁਹਾਡੇ ਤਨ ਨੂੰ ਢੱਕ ਕੇ ਇੱਜ਼ਤ ਨੂੰ ਬਣਾਉਂਦਾ ਹੈ।
ਇਸ ਤਰ੍ਹਾਂ ਇਹ ਜਿਹੜੀ ਮਰਿਆਦਾ ਮਹਾਰਾਜ ਨੇ ਤਨ ਅਤੇ ਸਿਰ ਆਪਣਾ ਨੰਗਾ ਨਹੀਂ ਰੱਖਣਾ ਹੈ। ਸਿਰ ਨੰਗਾ ਰੱਖਣਾ ਮਾੜਾ ਸਮਝਿਆ ਜਾਂਦਾ, ਅਪਸ਼ਗਨ ਸਮਝਿਆ ਜਾਂਦਾ। ਭਾਈ ਗੁਰਦਾਸ ਜੀਆਂ ਨੇ ਘਟਨਾ ਲਿਖੀ ਹੈ, ਕਹਿਣ ਲੱਗੇ ਇੱਕ ਬਜ਼ੁਰਗ ਖੇਤਾਂ ਵਿੱਚ ਗਿਆ, ਉਹਨੂੰ ਗਰਮੀ ਲੱਗੀ, ਗਰਮੀ ਲੱਗੀ ਅਤੇ ਉਹ ਖੇਤਾਂ ਦੇ ਵਿੱਚ ਆਪਣੇ ਖੂਹ 'ਤੇ ਨਹਾਉਣ ਲੱਗ ਪਿਆ। ਜਦੋਂ ਨਹਾਤਾ, ਪਿੰਡੇ ਇਸ਼ਨਾਨ ਕੀਤਾ, ਸਿਰ ਵਿੱਚ ਵੀ ਇਸ਼ਨਾਨ ਪਾਣੀ ਪਾਇਆ, ਅਤੇ ਉਹਨੇ ਸੋਚਿਆ ਵੀ ਗਰਮੀ ਹੈ, ਮੈਂ ਗਿੱਲੇ ਵਾਲ ਬੰਨਾਂਗਾ ਅਤੇ ਸਿਰ ਪੀੜ ਹੋਵੇਗਾ। ਉਹਨੇ ਵਾਲ ਆਪਣੇ ਸਿਰ ਦੇ ਖੁੱਲ੍ਹੇ ਛੱਡ ਲਏ, ਉੱਤੇ ਨਿੱਕਾ ਜਿਹਾ ਇੱਕ ਪਟਕਾ ਰੱਖ ਲਿਆ ਬਿਨਾਂ ਬੰਨਿਆ, ਅਤੇ ਘਰ ਨੂੰ ਚੱਲ ਪਿਆ। ਜਦੋਂ ਪਿੰਡ ਦੇ ਨੇੜੇ ਆਇਆ ਅਤੇ ਨੌ ਕੋਠੇ 'ਤੇ ਚੜ੍ਹੀ ਸੀ, ਉਹਨੇ ਵੇਖਿਆ ਵੀ ਬਾਪੂ ਆਉਂਦਾ ਪਿਆ, ਸਿਰ ਨੰਗਾ। ਉਹਨੇ ਆ ਕੇ ਰੌਲਾ ਪਾ ਤਾ ਵੀ ਆਪਣਾ ਤਾਂ ਕੋਈ ਜੀ ਮਰ ਗਿਆ, ਬਾਪੂ ਦਾ ਨੰਗਾ ਸਿਰ ਹੋ ਗਿਆ, ਕੋਈ ਮਰ ਗਿਆ, ਮਾੜਾ ਖਬਰ ਮਾੜਾ ਸੁਣਿਆ ਆ ਗਿਆ। ਜਦੋਂ ਉਹਨੇ ਘਰ ਰੌਲਾ ਪਾਇਆ, ਉਹ ਘਰ ਦੀਆਂ ਸਾਰੀਆਂ ਜਨਾਨੀਆਂ ਰੋਣ ਲੱਗ ਪਈਆਂ, ਹਾਏ ਕੀ ਹੋ ਗਿਆ। ਜਦੋਂ ਘਰ ਦੀਆਂ ਜਨਾਨੀਆਂ ਰੋਣ ਲੱਗ ਪਈਆਂ, ਆਂਢੀ ਗੁਆਂਢੀ ਰਿਸ਼ਤੇਦਾਰ ਵੀ ਇਕੱਠੇ ਹੋ ਗਏ, ਸਾਰੇ ਹੀ ਰੋਣ ਲੱਗ ਪਏ, ਦਿਲਾਸਾ ਦੇਣ ਇੱਕ ਦੂਜੇ ਨੂੰ। ਇੰਨੇ ਚਿਰ ਨੂੰ ਬਾਪੂ ਘਰ ਆ ਗਿਆ, ਬਾਪੂ ਨੇ ਵੇਖਿਆ ਵੀ ਘਰ ਦੀਆਂ ਜਨਾਨੀਆਂ ਰੋਂਦੀਆਂ ਪਈਆਂ, ਬਾਪੂ ਵੀ ਰੋਣ ਲੱਗ ਪਿਆ। ਫਿਰ ਕਿਸੇ ਬੰਦੇ ਨੇ ਪੁੱਛਿਆ ਵੀ ਹੋਇਆ ਕੀ ਹੈ, ਦੂਜੇ ਨੂੰ ਪੁੱਛੇ ਫਲਾਣਿਆ ਹੋਇਆ ਕਿਉਂ, ਆਪਾਂ ਰੋਂਦੇ ਕਿਉਂ ਆ, ਉਹ ਆਉਂਦਾ ਵੀ ਫਲਾਣਾ ਰੋਂਦਾ ਅਤੇ ਉਹਦੇ ਲਈ ਵੇਖ ਕੇ ਮੈਂ ਰੋਂਦਾ। ਤੀਜੇ ਨੂੰ, ਚੌਥੇ ਨੂੰ, ਸਾਰਿਆਂ ਨੂੰ ਪੁੱਛਿਆ, ਮੁੜ ਕੇ ਉਹ ਨੌ ਨੂੰ ਪੁੱਛਿਆ ਜਿਹੜੀ ਕੋਠੇ 'ਤੇ ਚੜ੍ਹੀ ਸੀ ਵੀ ਤੂੰ ਕਾਹਤੋਂ ਰੋਈ ਹੈ, ਕੌਣ ਮਰਿਆ, ਕਿਹਦੀ ਖਬਰ ਮਾੜੀ ਆਈ ਹੈ। ਉਹ ਨੌ ਕਹਿਣ ਲੱਗੀ ਮੈਂ ਤਾਂ ਤਾਂ ਰੋਈ ਹਾਂ ਵੀ ਬਾਪੂ ਬਾਹਰੋਂ ਨੰਗੇ ਸਿਰ ਤੁਰਿਆ ਆਉਂਦਾ ਅਤੇ ਮੈਂ ਅੰਦਾਜ਼ਾ ਲਾਇਆ ਵੀ ਇਹ ਨੰਗੇ ਸਿਰ ਲਾਉਂਦਾ ਪਿਆ, ਇਹ ਕੋਈ ਮਾੜੀ ਘਟਨਾ ਵਾਪਰੀ ਹੈ, ਕੋਈ ਮਾੜਾ ਸੁਨੇਹਾ ਮਿਲਿਆ ਜਿਹੜਾ ਬਾਪੂ ਨੇ ਪੱਗ ਲਾਈ ਸਿਰ ਤੋਂ, ਮੈਂ ਤਾਂ ਰੋਈ ਹਾਂ। ਬਾਪੂ ਨੂੰ ਪੁੱਛਿਆ ਵੀ ਤੂੰ ਪੱਗ ਕਿਉਂ ਲਾਈ ਹੈ, ਉਹ ਕਹਿਣ ਲੱਗਾ ਮੈਂ ਤਾਂ ਖੂਹ 'ਤੇ ਨਹਾਉਂਦਾ ਪਿਆ ਸੀ, ਮੇਰੇ ਵਾਲ ਨੰਗੇ ਸੀ, ਮੈਂ ਕਿਹਾ ਚੱਲ ਰਾਹ ਵਿੱਚ ਸੁੱਕ ਜਾਣਗੇ, ਮੈਂ ਤਾਂ ਨਹੀਂ ਪੱਗ ਬੱਧੀ ਹੈ। ਪਤਾ ਲੱਗਾ ਵੀ ਨਹੀਂ, ਇਹ ਤਾਂ ਵੇਖੋ ਵੇਖੀ ਰੋਣਾ ਧੋਣਾ ਸ਼ੁਰੂ ਹੋ ਗਿਆ, ਮਰਿਆ ਕੋਈ ਨਹੀਂ, ਸਾਰੇ ਠੀਕ ਠਾਕ ਨੇ, ਚੁੱਪ ਕਰ ਗਏ, ਆਪੋ ਆਪਣੇ ਘਰਾਂ ਨੂੰ ਚਲੇ ਗਏ। ਕਹਿਣ ਤੋਂ ਭਾਵ ਕਦੇ ਉਹ ਸਮਾਂ ਸੀ ਜਦੋਂ ਕਿਸੇ ਰਾਹ ਜਾਂਦੇ ਦਾ ਸਿਰ ਨੰਗਾ ਵੇਖਣਾ ਜਾਂ ਘਰ ਨੂੰ ਆਉਂਦੇ ਦਾ ਸਿਰ ਨੰਗਾ ਵੇਖਣਾ, ਅਤੇ ਇਹ ਅੰਦਾਜ਼ਾ ਲਾਇਆ ਜਾਂਦਾ ਵੀ ਕੋਈ ਮਾੜੀ ਘਟਨਾ ਵਾਪਰ ਗਈ ਹੈ, ਕੋਈ ਮਰ ਗਿਆ ਹੈ, ਕੋਈ ਦੁੱਖ ਦਾ ਸੁਨੇਹਾ ਆਇਆ ਹੈ। ਅਤੇ ਅੱਜ ਤਾਂ ਗੁਰਮੁਖੋ ਫੈਸ਼ਨ ਬਣ ਗਿਆ, ਚੁੰਨੀ ਵੀ ਗੁਰਦੁਆਰਾ ਸਾਹਿਬ ਤੋਂ ਹੀ ਆ ਕੇ ਲਈ ਦੀ ਵੀ ਇੱਥੋਂ ਦੇ ਦਿਓ, ਸਿਰ ਢੱਕਣਾ ਹੈ ਬਾਜ਼ਾਰ ਦੇ ਵਿੱਚ, ਤਾਂ ਮੈਂ ਸਿਰ ਵਿੱਚ ਮਿੱਟੀ ਪਵਾਉਣੀ ਹੈ। ਇੱਥੇ ਆ ਕੇ ਪਟਕਾ ਲਿਆ ਜਾਂਦਾ ਵੀ ਇੱਥੋਂ ਪਟਕਾ ਰੁਮਾਲ ਦੇ ਦਿਓ, ਸਿਰ 'ਤੇ ਬੰਨ੍ਹਣਾ ਹੈ, ਬਾਹਰ ਜਿਹੜੀ ਸੜਕਾਂ 'ਤੇ ਮਿੱਟੀ ਉੱਡਦੀ ਹੈ, ਜਿੰਨਾ ਚਿਰ ਮੇਰੇ ਸਿਰ ਵਿੱਚ ਨਾ ਪਈ ਮੈਨੂੰ ਉੰਨਾ ਚਿਰ ਉਹ ਜਿਹੜੀ ਹੈ ਉਹ ਚੰਗੀ ਗੱਲ ਨਹੀਂ ਲੱਗੇਗੀ, ਪਵੇਗੀ ਫਿਰ ਚੰਗੀ ਲੱਗੇਗੀ। ਐਸੀ ਹਾਲਤ ਹੋ ਗਈ ਹੈ, ਇਹ ਨਿਘਾਰ ਆ ਗਿਆ, ਇਹ ਨੀਵਾਂਪਣ ਆ ਗਿਆ ਸਾਡੇ ਵਿੱਚ ਕਿ ਸਾਨੂੰ ਗੁਰਦੁਆਰੇ ਸਾਹਿਬ ਦੇ ਬਾਰ ਬਾਰ ਚੁੰਨੀਆਂ 'ਤੇ ਪਟਕੇ ਰੱਖਣੇ ਪੈ ਰਹੇ ਨੇ, ਉਸ ਕੌਮ ਵਾਸਤੇ ਜਿਸ ਕੌਮ ਨੇ ਦੂਜਿਆਂ ਦੇ ਸਿਰ ਢੱਕੇ ਨੇ, ਜਿਹਦੇ ਵਾਸਤੇ ਮਹਾਰਾਜ ਨੇ ਪਰੰਪਰਾ ਬਣਾਈ ਹੈ ਵੀ ਪੱਗ ਅਤੇ ਚੁੰਨੀ ਸਿਰ 'ਤੇ ਹੋਣੀ ਚਾਹੀਦੀ ਹੈ, ਉਸ ਕੌਮ ਵਾਸਤੇ ਬੜੇ ਵੱਡੇ ਘਾਟੇ ਦੀ ਗੱਲ ਹੈ। ਸੋ ਰੋ ਵਿਚਾਰ ਮਹਾਰਾਜ ਸਾਹਿਬ ਜੀਆਂ ਨੇ ਇਹ ਸਿੱਖਿਆ ਦਿੱਤੀ ਹੈ, ਕੱਪੜਾ ਉਹ ਪਾ ਲਵੋ ਜਿਹੜਾ ਤਨ ਨੂੰ ਢੱਕ ਦੇਵੇ, ਭਾਵੇਂ ਉਹ ਮਹਿੰਗਾ ਹੈ, ਭਾਵੇਂ ਉਹ ਸਸਤਾ ਹੈ, ਭਾਵੇਂ ਉਹ ਸਾਦਾ ਹੈ, ਕੱਪੜਾ ਬਣਿਆ ਹੀ ਤਨ ਢੱਕਣ ਵਾਸਤੇ ਆ, ਨਾ ਕਿ ਨੰਗਾ ਕਰਕੇ ਵਿਖਾਉਣ ਵਾਸਤੇ। ਅਤੇ ਦੁਨੀਆਂ ਦੇ ਲੋਕ ਹੁਣ ਤਾਂ ਹੋਰ ਉਲਟੇ ਚੱਲ ਪਏ, ਅੱਗੇ ਤਾਂ ਕੱਪੜਾ ਘੱਟ ਪਾਉਂਦੇ ਸੀ, ਹੁਣ ਜਦੋਂ ਦਾ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਨਾ, ਮੋਬਾਈਲ ਆ ਗਿਆ, ਉਹਦੇ 'ਚ ਨੰਗੇ ਭੰਗੇ ਕੱਪੜੇ ਪਾ ਕੇ ਅਤੇ ਅਸ਼ਲੀਲ ਹਰਕਤਾਂ ਕਰ ਕਰਕੇ ਵੀਡੀਓ ਬਣਾ ਬਣਾ ਕੇ ਆਪਣੀ ਪਰਸਨਲ ਜ਼ਿੰਦਗੀ ਦੀਆਂ ਉਹ ਪਾਈਆਂ ਜਾਂਦੀਆਂ ਮੋਬਾਈਲ ਦੇ ਉੱਪਰ ਦੁਨੀਆਂ ਨੂੰ ਵਿਖਾਉਣ ਵਾਸਤੇ ਵੀ ਆਹ ਵੇਖੋ ਅਸੀਂ ਗੰਦ ਪਾਇਆ ਹੋਇਆ। ਨਹੀਂ ਸ਼ਰਮ ਮਾਂ ਬਾਪ ਦੀ ਹੈ, ਸਹੁਰੇ ਸੱਸ ਦੀ ਹੈ, ਭੈਣਾਂ ਭਰਾਵਾਂ ਦੀ ਹੈ, ਬੱਚਿਆਂ ਦੀ ਹੈ, ਪੁੱਤਰਾਂ ਦੀ, ਸਭ ਲੋਕਾਂ ਨੇ ਕਿੱਲੇ 'ਤੇ ਕਿੱਲੀ 'ਤੇ ਟੰਗ ਦਿੱਤੀ ਸ਼ਰਮ। ਜਿਹੜੀ ਚੀਜ਼ ਦੀ ਮਰਿਆਦਾ ਹੈ ਉਹ ਬਣੀ ਰਹਿਣੀ ਚਾਹੀਦੀ ਹੈ, ਸੰਸਾਰ ਵੀ ਮਰਿਆਦਾ 'ਤੇ ਖਲੋਤਾ ਹੈ। ਸੱਤ ਸਮੁੰਦਰ ਨੇ ਨਾ, ਸੱਤ ਮਹਾਂਸਾਗਰ ਨੇ, ਉਹਨਾਂ ਦਾ ਪਾਣੀ ਵੀ ਇੱਕ ਮਰਿਆਦਾ ਵਿੱਚ ਖਲੋਤਾ, ਇੱਕ ਸਾਗਰ ਦਾ ਪਾਣੀ ਦੂਜੇ ਸਾਗਰ ਵਿੱਚ ਮਿਲਦਾ ਨਹੀਂ ਹੈ। ਐਡੇ ਐਡੇ ਵੱਡੇ ਸਮੁੰਦਰ ਵੀ ਮਰਿਆਦਾ ਦੇ ਬੰਧਨ ਵਿੱਚ ਬੱਧੇ ਹੋਏ ਖਲੋਤੇ ਨੇ ਆਪੋ ਆਪਣੀ ਜਗ੍ਹਾ 'ਤੇ, ਪਰ ਬੰਦੇ ਦੇ ਵਾਸਤੇ ਕੋਈ ਮਰਿਆਦਾ ਨਹੀਂ, ਬੰਦਾ ਹਰੇਕ ਮਰਿਆਦਾ ਨੂੰ ਲੰਘਣਾ ਹੀ ਚਾਹੁੰਦਾ, ਅੱਗੇ ਹੀ ਜਾਣਾ ਚਾਹੁੰਦਾ, ਉਨਾ ਗੁਲਤਾਨ ਹੁੰਦਾ ਜਾਂਦਾ, ਉਨਾ ਹੀ ਖਰਾਬ ਹੁੰਦਾ ਜਾਂਦਾ। ਰੋ ਵਿਚਾਰ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ ਰਹਿ ਕੇ ਗੁਰੂ ਕੇ ਸਿੱਖ ਮਹਾਰਾਜ ਕੋਲੋਂ ਸਿੱਖਿਆ ਸਿੱਖਦੇ ਹਨ। ਹਿੰਦੂ ਤੁਰਕ ਦਵੈਤੇ ਭਿੰਨ ਦੇਖ, ਅਤੇ ਸਤਿਗੁਰੂ ਮਹਾਰਾਜ ਜੀਆਂ ਦਾ ਖਾਲਸਾ ਹਿੰਦੂ ਦੇ ਨਾਲੋਂ ਵੀ ਵੱਖਰਾ ਅਤੇ ਮੁਸਲਮਾਨ ਦੇ ਨਾਲੋਂ ਵੀ ਵੱਖਰਾ ਦਿਸਦਾ ਹੈ। ਭਾਵੇਂ ਆਪਾਂ ਕੱਪੜਿਆਂ ਦੀ ਗੱਲ ਕਰ ਲਈਏ,
ਅਤੇ ਭਾਵੇਂ ਆਪਾਂ ਸਰੀਰ ਦੀ ਜਿਹੜੀ ਮਹਾਰਾਜ ਨੇ ਬਖਸ਼ੇ ਅੰਗ ਨੇ ਉਹਨਾਂ ਦੀ ਗੱਲ ਕਰ ਲਈਏ, ਜਿਵੇਂ ਮੁਸਲਮਾਨ ਹੈ ਉਹ ਮੁੱਛਾਂ ਨੂੰ ਕੱਟ ਲੈਂਦਾ, ਦਾੜ੍ਹੀ ਰੱਖ ਲੈਂਦਾ ਹੈ, ਹਿੰਦੂ ਪੂਰਾ ਹੀ ਆਪਣਾ ਸਿਰ ਮੂੰਹ ਕੱਟ ਕੇ ਅਤੇ ਬੋਧੀ ਰੱਖ ਲੈਂਦਾ ਹੈ, ਪਰ ਗੁਰੂ ਕਾ ਖਾਲਸਾ ਨਾ ਮੁੱਛਾਂ ਕੱਟਦਾ, ਨਾ ਦਾੜ੍ਹਾ ਕੱਟਦਾ, ਨਾ ਸਿਰ ਦੇ ਕੇਸ ਕੱਟਦਾ, ਸੋਹਣੀ ਦਸਤਾਰ ਸਜਾਉਂਦਾ ਹੈ। ਇਸ ਕਰਕੇ ਮਹਾਰਾਜ ਦੇ ਸਿੰਘ ਦੂਰੋਂ ਵੱਖਰੇ ਦਿਖਾਈ ਦਿੰਦੇ ਵੀ ਇਹ ਵੱਖਰਾ ਹੈ। ਭਾਈ ਜੈਤਾ ਜੀ ਨੂੰ ਪੁੱਛਿਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਭਾਈ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਸਾਡੇ ਪਿਤਾ ਦੀ ਸ਼ਹੀਦੀ ਹੋ ਰਹੀ ਹੈ, ਕਿਸੇ ਵੀ ਸਿੱਖ ਨੇ ਹਾਦਾ ਨਾਰਾ ਨਹੀਂ ਮਾਰਿਆ? ਭਾਈ ਜੈਤਾ ਜੀ ਕਹਿਣ ਲੱਗੇ, ਮਹਾਰਾਜ ਸਿੱਖ ਤਾਂ ਬੜੇ ਸਨ ਉੱਥੇ ਖਲੋਤੇ ਹੋਏ, ਪਰ ਕਿਸੇ ਦੀ ਵਿਸ਼ੇਸ਼ ਪਛਾਣ ਕੋਈ ਨਹੀਂ ਹੈ ਵੀ ਤੁਹਾਡਾ ਸਿੱਖ ਕਿਹੜਾ ਸੀ ਉਹਨਾਂ ਵਿੱਚ, ਕੋਈ ਵੱਖਰਾ ਨਿਸ਼ਾਨੀ ਹੋਵੇ ਤਾਂ ਪਤਾ ਲੱਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਵੀਰ ਰਸ ਵਿੱਚ ਆ ਕੇ ਕਹਿਣ ਲੱਗੇ, ਭਾਈ ਜੈਤਾ ਜੀ ਅਸੀਂ ਖਾਲਸਾ ਹੀ ਇਹੋ ਜਿਹਾ ਪੈਦਾ ਕਰਾਂਗੇ, ਉਹਨੂੰ ਦੱਸਣਾ ਨਹੀਂ ਪਵੇਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਉਹਨੂੰ ਦੱਸਣਾ ਨਹੀਂ ਪਵੇਗਾ ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿੱਖ ਹਾਂ। ਹਜ਼ਾਰਾਂ ਦੀ ਗਿਣਤੀ ਵਿੱਚ ਮੇਰਾ ਇੱਕ ਵੀ ਖਲੋਤਾ ਹੋਵੇਗਾ, ਉੱਥੋਂ ਪਤਾ ਲੱਗੇਗਾ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਖਲੋਤਾ ਹੈ। ਐਸਾ ਅਸੀਂ ਇਸ ਖਾਲਸੇ ਨੂੰ ਸਾਜਾਂਗੇ, ਤਿਆਰ ਕਰਾਂਗੇ, ਅਤੇ ਗੁਰਮੁਖੋ ਉਹ ਮਹਾਰਾਜ ਨੇ ਸਾਨੂੰ ਆਪਣਾ ਸਰੂਪ ਬਿਲਕੁਲ ਆਪਣੇ ਵਰਗਾ ਹੀ ਦਿੱਤਾ, ਪਰ ਆਪਾਂ ਜੇ ਨਹੀਂ ਸਾਂਭਾਂਗੇ ਫਿਰ ਆਪਾਂ ਗੁਰੂ ਵਾਲੇ ਨਹੀਂ ਪਤਿਤ ਹੋ ਜਾਵਾਂਗੇ। ਸੋ ਇਸ ਤਰ੍ਹਾਂ ਮਹਾਰਾਜ ਦੇ ਸਿੱਖਾਂ ਨੂੰ ਮਰਿਆਦਾ ਸਮਝਾਈ ਜਾਂਦੀ ਹੈ। ਜਗ ਸਮੁੰਦਰ ਤੇ ਸਾਰ ਨਿਕਰ, ਜਿਵੇਂ ਸਮੁੰਦਰ ਦੇ ਵਿੱਚੋਂ ਦੇਵਤਿਆਂ ਨੇ ਰਤਨ ਕੱਢੇ ਸਨ, ਸਮੁੰਦਰ ਜਦੋਂ ਰਿੜਕਿਆ ਨਾ ਦੇਵਤਿਆਂ ਨੇ ਉਹਦੇ ਵਿੱਚ 14 ਰਤਨ ਕਹਿੰਦੇ ਨਿਕਲੇ, ਇਹ ਜਿਹੜਾ ਸੰਸਾਰ ਸਮੁੰਦਰ ਨੂੰ ਰਿੜਕੇ ਨੇ ਇਹਦੇ ਵਿੱਚੋਂ ਮਹਾਰਾਜ ਨੇ ਰਤਨਾਂ ਦੇ ਵਾਂਗ ਖਾਲਸਾ ਪੈਦਾ ਕੀਤਾ। ਮੰਨ ਲਓ ਵੀ ਸਾਰੇ ਸੰਸਾਰ ਦਾ ਨਿਚੋੜ ਜਾਂ ਸਾਰੇ ਸੰਸਾਰ ਦੀ ਜਿਹੜੀ ਖੂਬਸੂਰਤੀ ਹੈ ਉਹ ਮਹਾਰਾਜ ਨੇ ਖਾਲਸੇ ਵਿੱਚ ਭਰ ਦਿੱਤੀ ਹੈ, ਸਾਰੇ ਸੰਸਾਰ ਦਾ ਨਿਚੋੜ ਔਰ ਸੁੰਦਰਤਾਈ ਮਹਾਰਾਜ ਨੇ ਆਪਣੇ ਖਾਲਸੇ ਨੂੰ ਬਖਸ਼ੀ ਹੈ। ਸਦਾ ਰਹਿਤ ਜਨੇ ਅੰਗੀਕਾਰ, ਅਤੇ ਮਹਾਰਾਜ ਸਾਹਿਬ ਜੀਆਂ ਦੇ ਜਿਹੜੇ ਸਿੱਖ ਨੇ ਅੰਮ੍ਰਿਤ ਅਤੇ ਰਹਿਤ ਨੂੰ ਹਮੇਸ਼ਾ ਅੰਗੀਕਾਰ ਕਰਦੇ, ਅੰਮ੍ਰਿਤ ਛਕਦੇ, ਅੰਮ੍ਰਿਤ ਵੇਲੇ ਨੂੰ ਅਪਣਾਉਂਦੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਗੁਰੂ ਖਾਲਸੇ ਨੂੰ ਹੋਈ ਹੈ, ਅਤੇ ਨਾਲ ਹੀ ਮਹਾਰਾਜ ਸਾਹਿਬ ਜੀ ਨਾਲ ਮਰਿਆਦਾ ਬਖਸ਼ਿਸ਼ ਕਰਦੇ। ਗੁਰਮੁਖੋ ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਪਰਿਵਾਰ ਦਾ ਇਸ਼ਨਾਨ ਹੈ, ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਹੈ, ਉਸ ਘਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਵਾਸਾ ਹੈ, ਉੱਥੇ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਹੈ, ਬਰਕਤਾਂ ਹੀ ਬਰਕਤਾਂ, ਭਾਂਡੇ ਭਰੇ ਹੀ ਰਹਿਣਗੇ ਵਸਤੂਆਂ ਦੇ, ਐਸੀ ਦਾਤ ਇਸ ਬਾਣੀ ਵਿੱਚ ਹੈ। ਅਸੀਂ ਅੰਮ੍ਰਿਤ ਵੇਲਾ ਛੱਡ ਕੇ ਧਾਗਿਆਂ ਦੇ ਪਿੱਛੇ ਸਿਆਣਿਆਂ ਦੇ ਪਿੱਛੇ ਦੌੜ ਪਏ, ਬਰਕਤ ਫਿਰ ਵੀ ਨਹੀਂ ਹੈ, ਫਿਰ ਵੀ ਘਾਟਾ ਹੀ ਹੈ, ਪਰ ਇਹ ਸਾਡੇ ਮਨ ਦਾ ਇੱਕ ਭਰਮ ਹੈ। ਗੁਰੂ ਦੀ ਬਾਣੀ ਦੇ ਲੜ ਲੱਗ ਜਾ, ਕਿਸੇ ਧਾਗੇ ਦੀ ਲੋੜ ਨਹੀਂ, ਬਰਕਤਾਂ ਤੇਰੇ ਕੋਲੋਂ ਸਾਂਭੀਆਂ ਨਹੀਂ ਜਾਣਗੀਆਂ, ਐਸੀ ਦਾਤ ਹੈ। ਸਿੰਘ ਸੁਰਸੇ ਤਤਕਾਲ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਦੇ ਜਿਹੜੇ ਸਿੰਘ ਹਨ, ਮੰਨ ਲਓ ਦੇਵਤਿਆਂ ਨਾਲੋਂ ਵੀ ਚੜ੍ਹਦੀ ਕਲਾ ਵਿੱਚ, ਗੁਰੂ ਕੇ ਖਾਲਸੇ ਦਾ ਮੁਕਾਬਲਾ ਤਾਂ ਦੇਵਤਾ ਵੀ ਨਹੀਂ ਕਰ ਸਕਦਾ ਹੈ, ਦੇਵਤੇ ਵੀ ਸਗੋਂ ਉਹਨਾਂ ਚਰਣਾਂ ਨੂੰ ਲੱਭਦੇ ਪੈ ਜਿਹੜੇ ਗੁਰੂ ਵਾਲੇ ਬਣ ਜਾਂਦੇ ਹਨ। ਹਲਤ ਪਲਤ ਸੁੱਖ ਲਹਿਓ ਵਿਸਾਲਾ, ਜਿਹੜਾ ਗੁਰੂ ਦੀ ਮਰਿਆਦਾ ਨੂੰ ਧਾਰਨ ਕਰੇਗਾ, ਗੁਰਮੁਖੋ ਐਸ ਲੋਕ ਦੇ ਵੀ ਸੁੱਖ ਮਿਲਣਗੇ, ਸਿਰ ਉੱਪਰ ਠਾਢਾ ਗੁਰਸੂਰਾ ਉਹਨਾਂ ਦੇ ਰਹੇਗਾ, ਅਤੇ ਪ੍ਰਲੋਕ ਦੇ ਵਿੱਚ ਵੀ ਜਿਹੜੇ ਗੁਰੂ ਵਾਲੇ ਹੋਣਗੇ ਸੁੱਖ ਨੂੰ ਹੀ ਪ੍ਰਾਪਤ ਕਰਨਗੇ, ਜਮਾਂ ਦੀ ਮਾਰ ਤੋਂ ਬਚ ਜਾਂਦੇ ਹਨ। ਕੇਤਕ ਪਹੁਲ ਖੰਡੇ ਕੀ ਲਹਿ, ਕੁਝ ਸੰਗਤਾਂ ਆਉਂਦੀਆਂ ਦੂਰੋਂ ਦੂਰੋਂ ਚੱਲ ਕੇ ਮਹਾਰਾਜ ਦੇ ਸਿੱਖਾਂ ਦਾ ਜੀਵਨ ਵੇਖ ਕੇ, ਉਹ ਵੀ ਆਖਦੇ ਦਾਤਿਆ ਸਾਡੇ 'ਤੇ ਕਿਰਪਾ ਕਰ, ਸਾਨੂੰ ਵੀ ਅੰਮ੍ਰਿਤ ਦੀ ਦਾਤ ਆਪ ਜੀ ਬਖਸ਼ ਦੇਣਾ ਕਰੋ। ਸੇਵ ਗੁਰੂ ਕੋ ਜਾਏ ਸਦਨ ਮੈਂ, ਅਤੇ ਇਸ ਤਰ੍ਹਾਂ ਮਹਾਰਾਜ ਜੀਆਂ ਦੀ ਸੇਵਾ ਕਰਕੇ ਇਹ ਜਿਹੜੇ ਸੰਗਤਾਂ ਆਉਂਦੀਆਂ ਦੂਰੋਂ ਅਤੇ ਨੇੜਿਓਂ, ਕਹਿਣ ਲੱਗੇ ਉਹ ਸੇਵਾ ਕਰਕੇ ਮਹਾਰਾਜ ਦੀ ਆਪੋ ਆਪਣੇ ਘਰ ਨੂੰ ਜਾਂਦੇ ਹਨ। ਕੇਤਕ ਜੀਵਨ ਮਰਨੇ ਮਾਹੇ, ਅਤੇ ਕੁਝ ਸੇਵਕ ਉਹ ਨੇ ਜਿਹੜੇ ਜਿਉਂਦਿਆਂ ਅਤੇ ਮਰਨਾ ਦੇ ਵਿੱਚ ਜੋ ਵੀ ਹਨ। ਸੰਗੀ ਭਏ ਤਬੈ ਗੁਰੂ ਨਾਹਿ, ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੋਲ ਆਉਂਦੇ ਨੇ, ਕਹਿਣ ਲੱਗੇ ਤਬਹਿ ਗੁਰੂ ਨਾਹਿ, ਸੋ ਜਿਹੜੇ ਕਈਆਂ ਨੂੰ ਜਿਉਣਾ ਅਤੇ ਮਰਨਾ ਗੁਰੂ ਸਵਾਮੀ ਦੇ ਨਾਲ ਸਾਂਝਾ ਕਰ ਲਿਆ ਸੀ, ਕੁਝ ਉਹ ਨੇ ਜਿਨ੍ਹਾਂ ਨੇ ਆਖਿਆ ਮਹਾਰਾਜ ਅਸੀਂ ਰਹਿਣਾ ਹੀ ਤੁਹਾਡੇ ਕੋਲ ਹੈ, ਸਾਡੀ ਜ਼ਿੰਦਗੀ ਵੀ ਇੱਥੇ ਹੈ, ਸਾਡੀ ਮੌਤ ਵੀ ਇੱਥੇ ਹੈ, ਜਿੰਨਾ ਚਿਰ ਸਾਡੀ ਮੌਤ ਨਹੀਂ ਹੁੰਦੀ ਉਨਾ ਚਿਰ ਤੁਹਾਡੇ ਨਾਲ ਹੀ ਅਸੀਂ ਰਵਾਂਗੇ। ਭਾਈ ਮਾਨ ਸਿੰਘ ਵਰਗੇ, ਭਾਈ ਦਇਆ ਸਿੰਘ ਵਰਗੇ, ਭਾਈ ਧਰਮ ਸਿੰਘ ਵਰਗੇ,
ਅੱਜ ਵੀ ਖਲੋਤੇ ਨੇ ਚਮਕੌਰ ਦੀ ਗੜੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਕਿ ਅਸੀਂ ਮਹਾਰਾਜ ਤੁਹਾਡੇ ਤੋਂ ਪਹਿਲਾਂ ਸ਼ਹੀਦੀ ਪਾਵਾਂਗੇ। ਸਤਿਗੁਰਾਂ ਨੇ ਆਖਿਆ ਤੁਹਾਨੂੰ ਤਿੰਨਾਂ ਸਿੰਘਾਂ ਨੂੰ ਸਾਡੇ ਨਾਲ ਜਾਣ ਦੀ ਆਗਿਆ। ਸਤ ਬਚਨ ਕਹਿ ਕੇ ਨਾਲ ਤੁਰ ਪਏ। ਐਸਾ ਮਹਾਰਾਜ ਦਾ ਖਾਲਸਾ ਸਜਿਆ ਹੈ ਜਿਨ੍ਹਾਂ ਨੇ ਆਖਿਆ ਮਹਾਰਾਜ ਜਿਉਂਦਿਆਂ ਵੀ ਤੁਹਾਡੇ ਨਾਲ ਹਾਂ, ਮਰਨ ਤੱਕ ਤੁਹਾਡੇ ਨਾਲ ਹਾਂ, ਤੁਹਾਡਾ ਸਾਥ ਨਹੀਂ ਅਸੀਂ ਛੱਡਣਾ, ਅਸੀਂ ਤੁਹਾਡੇ ਕੋਲ ਹੀ ਰਹਿਣਾ ਹੈ। ਨਿਤ ਪ੍ਰਤ ਵਧੈ ਖਾਲਸਾ ਐਸੇ। ਸਤਿਗੁਰੂ ਮਹਾਰਾਜ ਜੀਆਂ ਦਾ ਖਾਲਸਾ, ਮਹਾਰਾਜ ਦੀ ਫੌਜ, ਅੰਮ੍ਰਿਤਧਾਰੀ ਸਿੰਘਾਂ ਦੀ ਗਿਣਤੀ ਗੁਰਮੁਖੋ ਦਿਨ ਪ੍ਰਤ ਦਿਨ ਵੱਧਦੀ ਹੈ, ਰੋਜ਼ ਦੀ ਰੋਜ਼ ਵੱਧਦੀ ਹੈ, ਰੋਜ਼ ਦੀ ਰੋਜ਼ ਖਾਲਸਾ ਵੱਧਦਾ ਪਿਆ ਹੈ। ਉਪਬਨ ਮਹਿ ਤਰਸਿੰ ਚਿਤ ਜੈਸੇ। ਇੱਕ ਉਦਾਹਰਣ ਦਿੰਦੇ ਨੇ, ਕਹਿਣ ਲੱਗੇ ਵੀ ਬਾਗ ਦੇ ਵਿੱਚ ਜਿਵੇਂ ਗੁਰਮੁਖੋ ਰੁੱਖ ਲੱਗੇ ਹੋਣ ਨਾ, ਬੂਟੇ ਲੱਗੇ ਹੋਣ, ਅਤੇ ਉਹ ਬੂਟੇ ਜਿਹੜੇ ਨੇ ਆਪਣੇ ਆਪ ਰੋਜ਼ ਦੀ ਰੋਜ਼ ਵੱਧਦੇ ਨੇ, ਉਹਨਾਂ ਦਾ ਆਕਾਰ ਵੱਧਦਾ, ਉਹਨਾਂ ਦੇ ਫੁੱਲ ਵੱਧਦੇ ਨੇ, ਉਹਨਾਂ ਦੇ ਫਲ ਵੱਧਦੇ ਨੇ, ਜਿਵੇਂ ਬਾਗ ਦੇ ਵਿੱਚ ਲੱਗੇ ਪੌਦੇ ਆਪਣੇ ਆਪ ਵੱਧਦੇ ਨੇ, ਬਗੀਚੀ ਦੇ ਵਿੱਚ ਲੱਗੇ ਹੋਏ ਫੁੱਲ ਆਪਣੇ ਆਪ ਵੱਧਦੇ ਨੇ, ਬਗੀਚੇ ਵਿੱਚ ਲੱਗੇ ਹੋਏ ਸੋਹਣੀਆਂ ਸੋਹਣੀਆਂ ਬੇਲਾਂ ਆਪੇ ਵੱਧਦੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸੁੰਦਰ ਬਾਗ ਦੇ ਵਿੱਚ ਖਾਲਸਾ ਫੌਜ ਜਿਹੜੀ ਹੈ, ਇਹ ਖਾਲਸਾ ਫੌਜ ਰੂਪੀ ਪੌਦੇ ਵੱਧਦੇ ਪਏ, ਦਿਨਾਂ ਪ੍ਰਤੀ ਦਿਨੇ ਖਾਲਸਾ ਵੱਧਦਾ ਹੈ। ਜਥਾ ਦੂਜ ਤੇ ਦੀਰਘ ਚੰਦ। ਇੱਕ ਹੋਰ ਉਦਾਹਰਣ ਦਿੰਦੇ ਨੇ, ਜਿਹੜਾ ਚੰਦਰਮਾ ਨਾ ਉਹ ਦੂਜ ਤੋਂ ਬਾਅਦ ਵਿੱਚ ਵੱਧਦਾ ਹੈ। ਕਹਿਣ ਲੱਗੇ ਜਿਵੇਂ ਚੰਦਰਮਾ ਮੱਸਿਆ ਦੀ ਰਾਤ ਤੋਂ ਬਾਅਦ ਵਿੱਚ ਚੰਦਰਮਾ ਵੱਧਦਾ ਰਹਿੰਦਾ ਵੱਧਦਾ ਰਹਿੰਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਲਸਾ ਇਸ ਤਰ੍ਹਾਂ ਦਿਨਾਂ ਪ੍ਰਤੀ ਦਿਨ ਵੱਧਦਾ ਹੈ। ਦਿਨ ਪ੍ਰਤ ਹੋਵੇ ਤਥਾ ਬੁਲੰਦ। ਹਰ ਰੋਜ਼ ਮਹਾਰਾਜ ਜੀ ਦਾ ਖਾਲਸਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਗਿਣਤੀ ਵਿੱਚ ਭਾਰੀ ਹੁੰਦਾ ਜਾਂਦਾ। ਸ਼ਸਤਰਨ ਕੋ ਵਿਸਾਹੋ ਨਹਿ ਕਰੇ। ਮਹਾਰਾਜ ਜੀਆਂ ਦਾ ਹੁਕਮ ਹੈ ਖਾਲਸਾ ਜੀ, ਪ੍ਰਸ਼ਾਦਾ ਭਾਵੇਂ ਛਕਣ ਵਾਸਤੇ ਮਿਲੇ ਅਤੇ ਭਾਵੇਂ ਨਾ ਮਿਲੇ, ਪਰ ਆਪਣੇ ਦੇ ਕੋਲੋਂ ਆਪਣਾ ਸ਼ਸਤਰ ਕਦੇ ਦੂਰ ਨਹੀਂ ਕਰਨਾ ਹੈ, ਕੁਝ ਤੁਹਾਡੇ ਕੋਲ ਰਹੇ ਅਤੇ ਭਾਵੇਂ ਨਾ ਰਹੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਮਾਛੀਵਾੜੇ ਦੇ ਜੰਗਲ ਵਿੱਚ ਲੰਮੇ ਪਏ ਸਨ, ਖੂਹ ਦੀ ਟਿੰਡ ਦਾ ਸਿਰਹਾਣਾ ਲਾ ਕੇ, ਮਹਾਰਾਜ ਦੇ ਪੈਰਾਂ ਵਿੱਚ ਉਸ ਵੇਲੇ ਜੋੜਾ ਨਹੀਂ, ਨੰਗੇ ਪੈਰੀ ਸਨ ਅਤੇ ਪੈਰਾਂ ਵਿੱਚ ਛਾਲੇ ਸਨ ਮਹਾਰਾਜ ਦੇ। ਸਤਿਗੁਰੂ ਮਹਾਰਾਜ ਜੀਆਂ ਦੇ ਤਨ ਦੇ ਜਿਹੜੇ ਕੱਪੜੇ ਸਨ, ਉਹ ਵੀ ਕੰਡਿਆਂ ਦੇ ਨਾਲ ਝਾੜੀਆਂ ਦੇ ਨਾਲ ਖਹਿ ਖਹਿ ਕੇ ਪਾੜ ਗਏ ਸਨ। ਮਹਾਰਾਜ ਦੇ ਹੱਥ ਵੀ ਸ਼ਸਤਰ ਚਲਾ ਚਲਾ ਕੇ ਜ਼ਖਮੀ ਹੋ ਗਏ ਸਨ। ਇੱਥੋਂ ਤੱਕ ਵੀ ਬਚਨ ਆਉਂਦਾ ਹੈ ਕਿ ਜਦੋਂ ਮਾਛੀਵਾੜੇ ਦੇ ਉਸ ਖੂਹ 'ਤੇ ਭਾਈ ਮਾਨ ਸਿੰਘ ਵਰਗੇ, ਭਾਈ ਧਰਮ ਸਿੰਘ ਵਰਗੇ ਮਿਲੇ ਨਾ, ਅਤੇ ਮਹਾਰਾਜ ਸਾਹਿਬ ਜੀਆਂ ਦੇ ਪੈਰਾਂ ਦੇ ਛਾਲੇ ਪੱਕੇ ਹੋਏ, ਅਤੇ ਉਸ ਵੇਲੇ ਭਾਈ ਮਾਨ ਸਿੰਘ ਨੇ ਮਹਾਰਾਜ ਜੀਆਂ ਨੂੰ ਆਪਣੇ ਮੋਢੇ 'ਤੇ ਬਿਠਾ ਕੇ ਅਤੇ ਲੈ ਕੇ ਗਏ ਸਨ ਮਹਾਰਾਜ ਦਾ ਘੋੜਾ ਬਣ ਕੇ। ਇੰਨਾ ਸਰੀਰ ਜ਼ਖਮੀ ਸੀ ਮਹਾਰਾਜ ਜੀਆਂ ਦਾ ਚਮਕੌਰ ਦੀ ਗੜੀ ਤੋਂ ਨਿਕਲਣ ਵੇਲੇ, ਪਰ ਉੱਥੇ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਆਪਣਾ ਸ਼ਸਤਰ, ਆਪਣੀ ਤਲਵਾਰ ਪਈ ਹੋਈ ਹੈ। ਐਸੀ ਹਾਲਤ ਵਿੱਚ ਵੀ ਸ਼ਸਤਰ ਦਾ ਵਿਸਾਹ ਨਹੀਂ ਕੀਤਾ। ਤੁਸੀਂ ਅੱਜ ਵੀ ਫੋਟੋ ਵੇਖਦੇ ਹੋ ਨਾ ਮਾਛੀਵਾੜੇ ਦੇ ਜੰਗਲਾਂ ਦੀ, ਮਹਾਰਾਜ ਲੰਮੇ ਪਏ ਨੇ, ਉੱਥੇ ਤਸਵੀਰਕਾਰ ਨੇ, ਚਿੱਤਰਕਾਰ ਨੇ ਵਿਖਾਇਆ ਹੈ ਕਿ ਮਹਾਰਾਜ ਦੀ ਸ੍ਰੀ ਸਾਹਿਬ ਵੀ ਮਹਾਰਾਜ ਦੇ ਕੋਲ ਪਈ ਹੋਈ ਹੈ। ਕੇਵਲ ਇਹ ਨਹੀਂ ਵੀ ਉਹ ਚਿੱਤਰਕਾਰ ਨੇ ਕਲਪਨਾ ਕੀਤੀ ਹੈ, ਇਤਿਹਾਸ ਦਾ ਗ੍ਰੰਥ ਇਹ ਗੱਲ ਕਹਿੰਦਾ ਹੈ ਉੱਥੇ ਹੈ ਮਹਾਰਾਜ ਜੀਆਂ ਦੇ ਕੋਲ। ਅਤੇ ਸਤਿਗੁਰੂ ਆ ਕੇ ਲੰਮੇ ਪਏ, ਉੱਥੇ ਦੋ ਜਾਣੇ ਗਾਵਾਂ ਬੱਕਰੀਆਂ ਮੱਝਾਂ ਚਾਰਦੇ ਪਏ, ਉਹਨਾਂ 'ਚੋਂ ਇੱਕ ਜਾਣੇ ਨੇ ਆਖਿਆ ਮੈਂ ਪਛਾਣ ਲਿਆ ਇਹ ਕੌਣ ਹੈ, ਅਤੇ ਸਤਿਗੁਰੂ ਕਹਿਣ ਲੱਗੇ ਆਪਣਾ ਕੰਮ ਕਰ, ਸਾਨੂੰ ਆਰਾਮ ਕਰਨ ਦੇ। ਉਹਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ। ਇਤਿਹਾਸਕਾਰ ਕਹਿੰਦਾ ਮਹਾਰਾਜ ਨੇ ਆਪਣੇ ਜੇਬ ਦੇ ਵਿੱਚੋਂ ਕੁਝ ਪੈਸੇ ਸਨ ਜਾਂ ਸੋਨੇ ਦੀਆਂ ਮੋਹਰਾਂ ਉਹ ਦਿੱਤੀਆਂ। ਮਹਾਰਾਜ ਕਹਿਣ ਲੱਗੇ ਆ ਲੈ ਲਾ ਧੰਨ ਅਤੇ ਆਪਣੇ ਕੰਮ ਵਿੱਚ ਲੱਗ ਜਾ, ਸਾਡੇ ਨਾਲ ਵਾਹ ਵਾਸਤਾ ਨਾ ਰੱਖ। ਮੋਹਰਾਂ ਲੈ ਲਈਆਂ ਮਹਾਰਾਜ ਦੇ ਕੋਲੋਂ, ਕਹਿਣ ਲੱਗਾ ਮੈਂ ਨਹੀਂ ਕਿਸੇ ਨੂੰ ਦੱਸਾਂਗਾ। ਹੁਣ ਮਾਇਆ ਦਾ ਗੁਰਮੁਖੋ ਲਾਲਚ ਬੜਾ ਹੁੰਦਾ, ਉਹਦੇ ਮਨ ਵਿੱਚ ਲਾਲਚ ਆ ਗਿਆ ਵੀ ਜੇ ਦੋ ਮੋਹਰਾਂ ਦੇ ਸਕਦੇ ਮੈਂ ਫਿਰ ਇਹਨਾਂ ਨੂੰ ਇਸ ਤਰ੍ਹਾਂ ਕਹਾਂਗਾ, ਇਹ ਚਾਰ ਪੰਜ ਹੋਰ ਦੇਣਗੇ। ਉਹ ਥੋੜ੍ਹਾ ਜਿਹਾ ਦੂਰ ਜਾ ਕੇ ਫਿਰ ਕਹਿਣ ਲੱਗ ਪਿਆ, ਕਹਿੰਦਾ ਮੈਂ ਤਾਂ ਦੱਸਾਂਗਾ, ਮੈਂ ਤਾਂ ਰੌਲਾ ਪਾਵਾਂਗਾ। ਅਤੇ ਸਤਿਗੁਰੂ ਕਹਿੰਦੇ ਉਰੇ ਆ ਸਾਡੇ ਕੋਲ। ਉਹ ਫਿਰ ਦੌੜ ਕੇ ਆਇਆ ਵੀ ਮਹਾਰਾਜ ਮੈਨੂੰ ਹੋਰ ਮਾਇਆ ਦੇਣ ਲੱਗੇ, ਨੰਗੀ ਤੇਗ ਮਹਾਰਾਜ ਦੇ ਕੋਲ ਪਈ ਹੈ, ਤਲਵਾਰ ਦਾ ਐਸਾ ਵਾਰ ਕੀਤਾ ਧੌਣ ਕਿਸੇ ਪਾਸੇ ਅਤੇ ਧੜ ਕਿਸੇ ਪਾਸੇ ਚਲਾ ਗਿਆ। ਭਾਵ ਇਹ ਹੈ ਵੀ ਉਸ ਸਮੇਂ ਦੇ ਵਿੱਚ ਵੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਨੰਗੀ ਤੇਗ ਪਈ ਹੈ, ਜਦੋਂ ਪੈਰਾਂ ਵਿੱਚ ਜੋੜਾ ਨਹੀਂ ਸੀ, ਪੈਰਾਂ ਵਿੱਚ ਛਾਲੇ ਅਤੇ ਤਨ ਦੇ ਬਸਤਰ ਮਹਾਰਾਜ ਦੇ ਪਾਟੇ ਹੋਏ ਸਨ। ਐਸੇ ਭਿਆਨਕ ਅਤੇ ਕਠਿਨ ਸਮੇਂ ਵਿੱਚ ਵੀ ਸ਼ਸਤਰ ਦੂਰ ਨਹੀਂ ਕੀਤਾ, ਅਤੇ ਮਹਾਰਾਜ ਨੇ ਉਹ ਸਿੱਖਿਆ ਆਪਣੇ ਖਾਲਸੇ ਨੂੰ ਦਿੱਤੀ ਹੈ, ਖਾਲਸਾ ਜੀ
ਪ੍ਰਸ਼ਾਦਾ ਭਾਵੇਂ ਅੱਧਾ ਛਕ ਲਿਓ ਪਰ ਸ਼ਸਤਰ ਦਾ ਕਦੇ ਵਸਾ ਨਾ ਖਾਇਓ। ਇੱਕ ਦਿਨ ਸਮਾਂ ਆਵੇਗਾ ਤੁਹਾਡਾ ਸ਼ਸਤਰ ਤੁਹਾਡੀ ਇੱਜ਼ਤ ਅਤੇ ਜਾਨ ਬਚਾਵੇਗਾ, ਉਸ ਤਰ੍ਹਾਂ ਨਹੀਂ ਬਚੇਗੀ। ਅਤੇ 84 ਵਿੱਚ ਆਪਾਂ ਕੀ ਵੇਖਿਆ, ਦਿੱਲੀ ਵਰਗੇ ਸ਼ਹਿਰ ਦੇ ਵਿੱਚ ਕਿੰਨਾ ਕਤਲੋ ਗਾਰਤ ਹੋਇਆ, ਟਾਇਰ ਪਾ ਪਾ ਗਲਾਂ ਦੇ ਵਿੱਚ ਸਾੜਿਆ ਗਿਆ ਸਿੱਖ ਪਰਿਵਾਰਾਂ ਨੂੰ। ਪਰ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦਾ ਬਚਨ ਮੰਨਿਆ, ਆਪਣੇ ਘਰ ਵਿੱਚ ਚੰਗਾ ਹਥਿਆਰ, ਕੋਈ ਪਿਸਟਲ, ਕੋਈ ਪਿਸਤੌਲ, ਕੋਈ ਬੰਦੂਕ, ਕੋਈ ਤਲਵਾਰ ਰੱਖੀ, ਉਹਨਾਂ ਦੀ ਇੱਜ਼ਤ ਅਤੇ ਜਾਨ ਬਚੀ। ਜਿਨ੍ਹਾਂ ਨੇ ਆਖਿਆ ਵੀ ਮਹਿੰਗੀਆਂ ਜੁੱਤੀਆਂ ਪਾਉਣੀਆਂ ਅਤੇ ਮਹਿੰਗੀਆਂ ਪੈਂਟਾਂ ਪਾਉਂਦੀਆਂ, ਸਰਕਾਰ ਨੇ ਟੈਂਕ ਬਣਾਏ ਨੇ, ਜਹਾਜ਼ ਬਣਾਏ ਨੇ, ਆਰਮੀ ਫੌਜ ਬਣਾਈ ਹੈ, ਇਹ ਸਾਡੀ ਰੱਖਿਆ ਕਰੇਗੀ, ਸਾਡਾ ਬਚਾਅ ਕਰੇਗੀ, ਸਮੇਂ ਦੀ ਸਰਕਾਰ ਦੇ ਸਿਪਾਹੀਆਂ ਨੇ ਸਾਹਮਣੇ ਖਲੋ ਕੇ ਉਹਨਾਂ ਨੂੰ ਸੜਵਾਇਆ, ਕਹਿ ਕੇ ਵੀ ਸਾੜ ਦਿਓ ਇਹਨਾਂ ਨੂੰ। ਜਦੋਂ ਤੁਹਾਡੇ 'ਤੇ ਬਿਪਤਾ ਪਵੇਗੀ ਨਾ, ਕੋਈ ਟੈਂਕ ਨਹੀਂ ਆਵੇਗਾ, ਕੋਈ ਜਹਾਜ਼, ਕੋਈ ਤੁਹਾਡੀ ਰੱਖਿਆ ਸਰਕਾਰ ਨਹੀਂ ਕਰੇਗੀ, ਉਦੋਂ ਆਪਣੀ ਰੱਖਿਆ ਖੁਦ ਕਰਨੀ ਪਵੇਗੀ। ਆਪਣੀ ਰੱਖਿਆ ਤਾਂ ਹੋਵੇਗੀ ਜੇ ਤੁਹਾਡੇ ਕੋਲ ਰੱਖਿਆ ਕਰਨ ਵਾਲਾ ਮਹਾਰਾਜ ਦਾ ਬਖਸ਼ਿਆ ਸ਼ਸਤਰ ਹੋਵੇਗਾ। ਜੁੱਤੀ ਭਾਵੇਂ ਤੁਸੀਂ 5,000 ਵਾਲੀ ਪਾ ਲਵੋ, ਮਾੜਾ ਸਮਾਂ ਪਵੇਗਾ, ਜੁੱਤੀ ਨੇ ਤੁਹਾਡਾ ਬਚਾਅ ਨਹੀਂ ਕਰਨਾ, ਕਰਨਾ ਸ਼ਸਤਰ ਨੇ ਹੈ, ਇਹ ਜ਼ਰੂਰੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਨੇ ਖਾਲਸੇ ਨੂੰ ਆਖਿਆ, ਕਹਿਣ ਲੱਗੇ ਖਾਲਸਾ ਜੀ, ਜੋ ਮਰਜ਼ੀ ਹੋ ਜਾਵੇ, ਆਪਣਾ ਸ਼ਸਤਰ ਕਦੇ ਆਪਣੇ ਤੋਂ ਦੂਰ ਨਹੀਂ ਕਰਨਾ ਹੈ, ਹਮੇਸ਼ਾ ਆਪਣੇ ਕੋਲ ਰੱਖਣਾ ਹੈ, ਦੁਸ਼ਮਣ ਕਿਸੇ ਵੇਲੇ ਵੀ ਵਾਰ ਕਰ ਸਕਦਾ। ਅਤੇ ਆਪਾਂ ਜਾਂਦੇ ਹਾਂ ਨਾ ਜਦੋਂ ਮੁਕਤਸਰ ਸਾਹਿਬ ਦੀ ਧਰਤੀ 'ਤੇ, ਉੱਥੇ ਇੱਕ ਕਬਰ ਦੇ ਉੱਪਰ ਜੁੱਤੀਆਂ ਮਾਰੀਆਂ ਜਾਂਦੀਆਂ, ਉਹ ਮੁਸਲਮਾਨ ਨੇ ਮਹਾਰਾਜ 'ਤੇ ਉਦੋਂ ਵਾਰ ਕੀਤਾ ਜਦੋਂ ਮਹਾਰਾਜ ਸਵੇਰ ਵੇਲੇ ਆਪਣੇ ਸਰੀਰ ਦੀ ਕਿਰਿਆ ਕਰਦੇ ਪਏ, ਜੰਗਲ ਮੈਦਾਨ ਖੇਡਦੇ ਪਏ, ਉਦੋਂ ਆ ਗਿਆ ਵੀ ਹੁਣ ਤਾਂ ਚਲੋ ਮਹਾਰਾਜ ਹੋਣਗੇ ਤਾਂ ਮੈਂ ਵਾਰ ਕਰਾਂਗਾ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਹਦਾ ਸੋਧਾ ਲਾ ਦਿੱਤਾ, ਪ੍ਰਲੋਕ ਭੇਜ ਦਿੱਤਾ। ਇਹ ਸਾਖੀਆਂ ਨੇ, ਦੁਸ਼ਮਣ ਕਿਸੇ ਵੇਲੇ ਵੀ ਹਮਲਾ ਕਰ ਸਕਦਾ, ਉਹਨੇ ਇਹ ਨਹੀਂ ਵੇਖਣਾ ਵੀ ਤੂੰ ਇਸ਼ਨਾਨ ਕਰਦਾ ਕਿ ਕੱਪੜੇ ਪਾਉਂਦਾ, ਸੁੱਤਾ ਪਿਆ ਕਿ ਜਾਗਦਾ ਪਿਆ, ਆਉਂਦਾ ਪਿਆ ਕਿ ਜਾਂਦਾ ਪਿਆ, ਇਹ ਦੁਸ਼ਮਣ ਨਹੀਂ ਵੇਖੇਗਾ। ਇਸ ਕਰਕੇ ਸ਼ਸਤਰ ਦਾ ਕਦੇ ਵਸਾ ਨਹੀਂ ਹੈ। ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਜੇ ਤੇਰੇ ਕੋਲ ਹਥਿਆਰ ਹੋਵੇਗਾ ਨਾ, ਤੂੰ ਕਈਆਂ ਨਾਲ ਅੜ ਸਕਦਾ, ਕਈਆਂ ਨਾਲ ਲੜ ਸਕਦਾ, ਆਪਣੀ ਇੱਜ਼ਤ ਤੇ ਜਾਨ ਬਚਾ ਸਕਦਾ ਹੈ। ਸਹਿਨਾ ਸਕੈ ਉਚਤਾ ਰਿਪ, ਕਿਉਂਕਿ ਜਿਹੜਾ ਦੁਸ਼ਮਣ ਹੈ ਗੁਰਮੁਖੋ, ਤੁਹਾਡੀ ਵਡਿਆਈ ਨਹੀਂ ਸਵੇਗਾ। ਅੱਜ ਵੀ ਗੁਰੂ ਦਾ ਖਾਲਸਾ ਪੂਰੀ ਦੁਨੀਆਂ ਦੀਆਂ ਅੱਖਾਂ ਵਿੱਚ ਰੜਕਦਾ ਪਿਆ ਹੈ। ਕੋਈ ਵੀ ਦੁਨੀਆਂ ਦੀ ਕਮਿਊਨਿਟੀ ਜਿਹੜੀ ਹੈ ਨਾ, ਕੋਈ ਵੀ ਭਾਵੇਂ ਉਹ ਦੇਸ਼ ਹੈ, ਭਾਵੇਂ ਉਹ ਕੌਮ ਹੈ, ਤੁਹਾਡੀ ਚੜ੍ਹਦੀ ਕਲਾ ਕਿਸੇ ਨੂੰ ਚੰਗੀ ਨਹੀਂ ਲੱਗਦੀ ਹੈ। ਜੇ ਤੁਸੀਂ ਉੱਚੇ ਉੱਠਦੇ ਪਏ ਹੋ ਨਾ ਕਿਸੇ ਵੀ ਪੱਖ ਤੋਂ, ਤਾਂ ਮਹਾਰਾਜ ਦਾ ਤਾਂ ਖਾਲਸਾ ਹੈ ਹੀ ਇਹੋ ਜਿਹਾ, ਸਾਰਿਆਂ ਪਾਸਿਆਂ ਤੋਂ ਹੀ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ ਨੂੰ ਜਾਂਦਾ ਪਿਆ ਹੈ। ਤੁਹਾਡੀ ਚੜ੍ਹਦੀ ਕਲਾ ਹੀ ਤੁਹਾਡੇ ਦੁਸ਼ਮਣਾਂ ਦੀਆਂ ਅੱਖਾਂ ਵਿੱਚ ਰੜਕਦੀ ਹੈ, ਜੋ ਤੁਹਾਨੂੰ ਚੰਗਾ ਨਹੀਂ ਚਾਹੁੰਦੇ, ਵੇਖਣਾ ਨਹੀਂ ਚਾਹੁੰਦੇ, ਗੁਲਾਮ ਕਰਨਾ ਚਾਹੁੰਦੇ, ਬਰਬਾਦ ਕਰਨਾ ਚਾਹੁੰਦੇ, ਦੁੱਖ ਦੇਣਾ ਚਾਹੁੰਦੇ। ਮਹਾਰਾਜ ਕਹਿਣ ਲੱਗੇ, ਗੁਰੂ ਖਾਲਸਾ ਜੀ, ਤੁਹਾਡੀ ਚੜ੍ਹਦੀ ਕਲਾ ਇੰਨੀ ਹੈ ਔਰ ਇੰਨੀ ਹੋਵੇਗੀ, ਦੁਸ਼ਮਣ ਤੁਹਾਡੀ ਚੜ੍ਹਦੀ ਕਲਾ ਨੂੰ ਵੇਖ ਵੇਖ ਕੇ ਹੀ ਸੜੀ ਜਾਵੇਗਾ ਵੀ ਇਹ ਕੀ ਹੋ ਗਿਆ ਹੈ। ਤੁਹਾਡੀ ਚੜ੍ਹਦੀ ਕਲਾ ਨਹੀਂ ਸਹੀ ਜਾਂਦੀ, ਸਹਾਰੀ ਨਹੀਂ ਜਾਂਦੀ ਉਹਨਾਂ ਦੇ ਕੋਲੋਂ। ਇਸ ਕਰਕੇ ਹਥਿਆਰ ਨਸੇ ਜੁੱਟ ਤਿਸ ਬੇਰੀ, ਅਤੇ ਦੁਸ਼ਮਣ ਕਿਸੇ ਵੇਲੇ ਵੀ ਹਥਿਆਰਾਂ ਨਾਲ ਤੁਹਾਡੇ ਉੱਪਰ ਜੁੱਟ ਸਕਦਾ, ਤੁਹਾਨੂੰ ਵੰਗਾਰ ਸਕਦਾ, ਤੁਹਾਡੀ ਚੜ੍ਹਦੀ ਕਲਾ ਵੇਖ ਕੇ ਈਰਖਾ ਦਾ ਭਰਿਆ ਹੋਇਆ ਤੁਹਾਡੇ 'ਤੇ ਕਦੇ ਵੀ ਹਮਲਾ ਕਰੇਗਾ। ਆਪਣਾ ਹਥਿਆਰ ਆਪਣੇ ਕੋਲ ਰੱਖਿਓ, ਦੁਸ਼ਮਣ ਤੋਂ ਬਚੇ ਰਹੋਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਸੱਚਖੰਡ ਨੂੰ ਜਾ ਰਹੇ, ਘੋੜੇ 'ਤੇ ਚੜ੍ਹੇ ਹੋਏ। ਮਹਾਰਾਜ ਨੇ ਆਖਿਆ ਸਾਡੀ ਚਿਖਾ ਤਿਆਰ ਕਰ ਦਿਓ, ਅਸੀਂ ਘੋੜੇ 'ਤੇ ਸਰੀਰ ਦੇ ਸਮੇਤ ਹੀ ਸੱਚਖੰਡ ਨੂੰ ਚੱਲੇ ਹਾਂ ਖਾਲਸਾ ਜੀ। ਸਾਰੀ ਸੰਗਤ ਹਜ਼ੂਰ ਸਾਹਿਬ ਦੀ ਧਰਤੀ 'ਤੇ ਬੜੀ ਵੈਰਾਗਵਾਨ ਹੈ, ਅੱਖਾਂ ਵਿੱਚ ਹੰਝੂ ਵਗਦੇ ਪਏ, ਮਨ ਅਤੇ ਚਿਹਰੇ ਦੋਨੇ ਹੀ ਮੁਰਝਾ ਗਏ। ਅੱਜ ਸਾਡੇ ਮਾਲਕ ਜਾ ਰਹੇ ਨੇ, ਸਤਿਗੁਰੂ ਘੋੜੇ 'ਤੇ ਥੋੜ੍ਹਾ ਜਿਹਾ ਗਾਂਹ ਗਏ, ਮਹਾਰਾਜ ਨੇ ਪਿੱਛੇ ਮੁੜ ਕੇ ਵੇਖਿਆ ਸਾਡਾ ਖਾਲਸਾ ਉਦਾਸ ਹੋ ਗਿਆ ਹੈ। ਸਤਿਗੁਰਾਂ ਨੇ ਜਾਂਦੀ ਵਾਰ ਦਾ ਬਚਨ ਆਖਿਆ, ਕਹਿਣ ਲੱਗੇ ਖਾਲਸਾ ਜੀ, ਇੱਕ ਤਾਂ ਬਾਣੀ ਪੜ੍ਹਨੀ ਨਾ ਛੱਡਿਓ, ਇੱਕ ਸ਼ਸਤਰ ਦਾ ਕਦੇ ਵਸਾਹ ਨਾ ਖਾਇਓ, ਹਥਿਆਰ ਆਪਣੇ ਕੋਲ ਰੱਖਿਓ, ਬਾਣੀ ਦੇ ਨਾਲ ਜੁੜੇ ਰਹੋ। ਕੋਈ ਦੁਨੀਆਂ ਦੀ ਕੌਮ ਤੁਹਾਡੇ 'ਤੇ ਰਾਜ ਨਹੀਂ ਕਰੇਗੀ, ਤੁਸੀਂ ਪੂਰੀ ਦੁਨੀਆਂ 'ਤੇ ਰਾਜ ਕਰੋਗੇ। ਇਹ ਜਾਂਦੀ ਵਾਰ ਦਾ ਅਖੀਰਲਾ ਬਚਨ ਮਹਾਰਾਜ ਜੀਆਂ ਦਾ। ਪਰ ਗੁਰਮੁਖੋ ਉਹੀ ਬਚਨ ਆਪਾਂ ਭੁੱਲ ਗਏ, ਅੱਜ ਵਾਰ ਕਰਨਾ, ਰਾਜ ਕਰਨਾ ਤਾਂ ਦੂਰ ਦੀ ਗੱਲ, ਹਰ ਪਾਸੇ ਉਹ ਮਾਰ ਖਾਂਦੇ ਪਏ। ਜਬ ਲਾ ਖਾਲਸਾ ਰਹਿ ਨਿਆਰਾ,
ਤਬ ਲਗ ਤੇਜ ਦਿਓ ਮੈਂ ਸਾਰ ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ ਆ ਜਿਹੜੇ ਧਾਗੇ ਬੱਧੇ ਆਪਾਂ ਲਿਆ ਕੇ ਵੀ ਤਾਂ ਵਿਪਰ ਰੀਤੀ ਹੈ ਨਾ ਸਾਡੀ ਰੀਤੀ ਤਾਂ ਨਹੀਂ ਨਾ ਹੈਗੀ ਭਾਵੇਂ ਕਿ ਬੜੇ ਬੜੇ ਪ੍ਰਚਾਰਕ ਦੱਸਦੇ ਪਏ ਸਭ ਕੁਝ ਗਿਆਨ ਹੈ ਫਿਰ ਵੀ ਇਹ ਧਾਗੇ ਬੰਧਨੋ ਨਹੀਂ ਆਪਾਂ ਹਟੇ ਇਹ ਰੀਤੀ ਕਿਹਦੀ ਹੈ ਗੁਰੂ ਗੋਬਿੰਦ ਸਿੰਘ ਦੀ ਥੋੜ੍ਹੀ ਹੈ ਗੁਰੂ ਨਾਨਕ ਮਹਾਰਾਜ ਦੀ ਨਹੀਂ ਹੈ ਕਿਤੇ ਫੋਟੋ ਦਾ ਭੁਲੇਖਾ ਨਾ ਖਾ ਲਿਓ ਵੀ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਨੂੰ ਬੰਨਦੀ ਰੱਖੜੀ ਅਤੇ ਮੈਂ ਵੀ ਬੰਨਾਂ ਉਹ ਤਾਂ ਚਿੱਤਰਕਾਰ ਨੇ ਕਲਪਨਾ ਕੀਤੀ ਹੈ ਫੋਟੋ ਵਿੱਚ ਵੇਚਣ ਵਾਸਤੇ ਜਿੰਨਾ ਚਿਰ ਨਿਆਰੇ ਰਹੋਗੇ ਚੜ੍ਹਦੀ ਕਲਾ ਜਦੋਂ ਵਿਪਰਨ ਦੀ ਰੀਤੀ ਕਰੋਗੇ ਉਦੋਂ ਫਿਰ ਢਹਿੰਦੀ ਕਲਾ ਹੈ ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫ਼ੀ ਅਗਲਾ ਇਤਿਹਾਸ ਕੱਲ੍ਹ ਨੂੰ ਸਰਵਨ ਕਰਾਂਗੇ ਲੇਖਾ ਕਤ ਹੈ ਨਾ ਛੂਟੀ ਹੈ ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਕੀ ਸੰਗਤ ਪੂਰਨਮਾਸ਼ੀ ਅਤੇ ਬਸ ਅੰਮ੍ਰਿਤ ਵੇਲੇ 4 ਵਜੇ ਗੁਰੂ ਘਰ ਤੋਂ ਚੱਲੇਗੀ ਨਾਢਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਉੱਥੇ ਇਸ਼ਨਾਨ ਪਾਣ ਕਰਕੇ 6:30-7 ਵਜੇ ਉਹ ਬੱਸ ਵਾਪਸ ਆ ਜਾਂਦੀ ਹੈ 2-3 ਘੰਟੇ ਦਾ ਇਹ ਯਾਤਰਾ ਦਾ ਸਫ਼ਰ ਹੈ ਆਉਣਾ ਜਾਣਾ ਬਿਲਕੁਲ ਫਰੀ ਹੈ ਜਿਨ੍ਹਾਂ ਸੰਗਤਾਂ ਨੇ ਜਾਣਾ ਹੋਵੇ ਉਹ ਅੰਮ੍ਰਿਤ ਵੇਲੇ 4 ਵਜੇ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਕਰਿਓ ਕੱਲ੍ਹ ਨੂੰ ਪੂਰਨਮਾਸੀ ਦਾ ਦਿਹਾੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ